ਉਹ ਜਿਹੜੇ ਬਾਹਰ ਕਿ ਲਿਆ ਜਾ ਸਕਦਾ ਬਿਲਕੁਲ ਬਿਲਕੁਲ ਸੰਭਵ ਹੈ ਜੀ ਗਵਰਨਮੈਂਟ ਆਫ ਇੰਡੀਆ ਨੇ ਆਮੇ ਨੇ ਟੇਕ ਅਪ ਕੀਤਾ ਹੋਇਆ ਹੈ ਵਿਦ ਇੰਟਰਪੋਲ ਐਂਡ ਅਦਰ ਏਜੰਸੀਜ਼ ਆ ਰੂਮੀ ਨੇ ਜਿਹੜੀ ਹੈਗੀ ਉਹਨਾਂ ਨੂੰ ਫੰਡਿੰਗ ਵੀ ਕੀਤੀ ਇਹਦਾ ਕੀ ਫਾਇਦਾ ਹੁੰਦਾ ਸੀ ਰੇਟੇ ਸੀ ਪੈਸੇ ਬਣਾਉਣ ਲੈਣੇ ਉਹਦੇ ਚ ਫਿਰ ਆਪਦਾ ਬੈਨੀਫਿਟ ਲੈਂਦਾ ਸੀ ਤੇ ਇੱਕ ਵਿਕੀ ਗੌਂਡਰ ਨਾਬਾ ਜੇਲ ਬ੍ਰੇਕ ਦੇ ਨਾਲ ਰੂਮੀ ਹਾਂਗਕਾਂਗ ਦਾ ਫਿਰ ਆਈ ਅਸੀਂ ਡਾਟਸ ਜਿਹੜੇ ਕਨੈਕਟ ਕਰਦੇ ਜਿਹੜਾ ਵੀ ਬੰਦਾ ਫੜਦੇ ਉਹ ਤਾਂ ਰੂਮੀ ਹਾਂਗਕਾਂਗ ਦਾ ਨਾਮ ਹੁੰਦਾ ਰੋਮੇ ਹ ਹਾਂਗਕਾਂਗ ਦੇ ਵਿੱਚ ਸ਼ਿਕਸ ਹੈਗਾ ਉਹ ਜਿਹੜਾ ਕੰਟਰੋਲ ਰੂਮ ਦਾ ਕੰਮ ਕਰ ਰਿਹਾ ਹੈ। 22 ਨਵੰਬਰ 2016 ਪੰਜਾਬ ਦੇ ਇਤਿਹਾਸ ਦੇ ਵਿੱਚ ਨਾਬਾ ਦੇ ਵਿੱਚ ਨਾਬਾ ਜੇਲ ਬ੍ਰੇਕ ਹੁੰਦੀ ਹੈ। ਜਿਸ ਦੇ ਵਿੱਚ ਦੋ ਟੈਰਰਿਸਟ ਫਰਾਰ ਹੋ ਜਾਂਦੇ ਨੇ ਤੇ ਚਾਰ ਗੈਂਗਸਟਰ ਉਹਨਾਂ ਦੇ ਨਾਲ ਫਰਾਰ ਹੁੰਦੇ ਨੇ। ਪੁਲਿਸ ਲਗਾਤਾਰ ਇਹਨਾਂ ਦੀ ਭਾਲ ਕਰ ਰਹੀ ਸੀ। ਇਹਨਾਂ ਦੇ ਵਿੱਚੋਂ ਇਸ ਪੂਰੇ ਜੇਲ ਬ੍ਰੇਕ ਦੇ ਵਿੱਚ ਜਿਹੜਾ ਮਾਸਟਰਮਾਈਂਡ ਸੀ ਉਹ ਹਾਂਗਕਾਂਗ ਭੱਜ ਜਾਂਦਾ ਹੈ ਪੁਲਿਸ ਲਗਾਤਾਰ ਤਫਤੀਸ਼ ਕਰਦੀ ਹੈ ਔਰ ਸਾਲ 2024 ਯਾਨੀ ਕਿ ਕੱਲ ਪੰਜਾਬ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲਦੀ ਹੈ ਔਰ ਹਾਂਗਕਾਂਗ ਤੋਂ ਉਸ ਮਾਸਟਰਮਾਈਂਡ ਨੂੰ ਪੰਜਾਬ ਲਿਆ ਜਾਂਦਾ ਹੈ ਅੱਜ ਉਹ ਪੂਰੀ ਟੀਮ ਦੇ ਨਾਲ ਗੱਲਬਾਤ ਕਰਾਂਗੇ ਕਿ 2016 ਦਾ ਕੇਸ 2024 ਦੇ ਵਿੱਚ ਆ ਕੇ 8 ਸਾਲ ਕਿਉਂ ਲੱਗ ਗਏ ਔਰ ਕਿਵੇਂ ਹਾਂਗਕਾਂਗ ਤੋਂ ਪੰਜਾਬ ਪੁਲਿਸ ਲੈ ਕੇ ਆਈ ਹੈ ਤਾਂ ਪੂਰੀ ਏਜੀਟੀਐਫ ਦੀ ਟੀਮ ਬੈਠੀ ਹੈ ਮੇਰੇ ਨਾਲ ਸਾਡੇ ਕ੍ਰਾਈਮ ਰਿਪੋਰਟਰ ਨੇ ਜੋ ਲਗਾਤਾਰ ਇਸ ਕੇਸ ਨੂੰ ਫੋਲੋ ਵੀ ਕਰ ਰਹੀ ਸੀ ਮਨੋਇ ਰਾਠੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਔਰ ਸਵਾਲ ਪੁੱਛਾਂਗੇ ਸ਼ੁਰੂਆਤ ਕਰਦੇ ਹਾਂ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਜੀ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਪਹਿਲਾਂ ਤਾਂ ਜਿਹੜੇ ਦਰਸ਼ਕ ਜੁੜੇ ਨੇ ਉਹ ਜਾਣਨਾ ਚਾਹੁੰਦੇ ਨੇ ਕਿ ਨਾਬਾ ਜੇਲ ਬ੍ਰੇਕ ਹੋਇਆ ਕਿਵੇਂ ਕਿਵੇਂ ਪੰਜਾਬ ਦੇ ਇਤਿਹਾਸ ਦੇ ਵਿੱਚ ਜੇਲ ਬ੍ਰੇਕ ਹੁੰਦੀ ਹੈ ਜੋ ਸਨਸਨੀ ਫੈਲਾ ਦਿੰਦੀ ਹੈ ਕਿ ਪੰਜਾਬ ਚ ਤਾਂ ਜੇਲਾਂ ਚ ਕੀ ਹੋ ਰਿਹਾ ਦੋ ਟੈਰਰਿਸਟ ਭੱਜ ਜਾਂਦੇ ਨੇ ਚਾਰ ਗੈਂਗਸਟਰ ਭੱਜ ਜਾਂਦੇ ਨੇ ਔਰ ਸਨਸਨੀ ਪੂਰੇ ਪੰਜਾਬ ਚ ਫੈਲ ਜਾਂਦੀ ਔਰ 8 ਸਾਲ ਲੱਗ ਜਾਂਦੇ ਨੇ ਤੁਸੀਂ ਹਾਂਗਕਾਂਗ ਤੱਕ ਕਿਵੇਂ ਪਹੁੰਚੇ ਰੋਮੀ ਨੂੰ ਜੋ ਮਾਸਟਰਮਾਈਂਡ ਸੀ ਕਿਵੇਂ ਪੰਜਾਬ ਲੈ ਕੇ ਆਂਦੇ ਹੋ ਪੂਰਾ ਕੇਸ ਸਮਝਣਾ ਚਾਹਾਂਗੇ 27 ਨਵੰਬਰ 2016 ਦੇ ਵਿੱਚ 9 ਵਜੇ ਦੇ ਕਰੀਬ ਇੱਕ ਗਰੁੱਪ ਜਿਹੜਾ ਹੈਗੀ 15 16 ਲੜਕਿਆਂ ਦਾ ਗੈਂਗਸਟਰਸ ਦਾ ਉਹ ਨਾਬਾ ਜੇਲ੍ਹ ਦੇ ਵਿੱਚ ਇੱਕ ਡਮੀ ਕਾਰ ਦੇ ਵਿੱਚ ਜਿਵੇਂ ਕੈਦੀ ਨੂੰ ਲੈ ਕੇ ਆਉਂਦੇ ਆ ਉਹਨਾਂ ਨੇ ਪੁਲਿਸ ਯੂਨੀਫਾਰਮ ਦੇ ਵਿੱਚ ਗੇਟ ਦੇ ਉੱਤੇ ਆ ਕੇ ਐਂਟਰੀ ਗੇਨ ਕਰ ਲਈ 메ਨ ਆਊਟਰ ਗੇਟ ਤੋਂ ਉਸ ਤੋਂ ਐਂਟਰੀ ਗੇਨ ਕਰਨ ਤੋਂ ਬਾਅਦ ਉਹਨਾਂ ਨੇ ਗੇਟ ਨੂੰ ਓਵਰ ਪਾਵਰ ਕਰ ਲਿਆ ਤੇ ਜਿਹੜੇ ਹੈਗੇ ਆ ਰੈਂਡਮ ਫਾਇਰਿੰਗ ਸ਼ੁਰੂ ਕਰ ਦਿੱਤੀ ਤੇ 메ਨ ਡਿਊਟੀ ਦੇ ਵਿੱਚ ਆ ਕੇ ਉਹਨਾਂ ਨੇ ਜਿਹੜੇ 6 ਜਿਹੜੇ ਕੈਦੀ ਸੀਗੇ ਅੰਦਰ ਉਹਨਾਂ ਦੀ ਆਲਰੇਡੀ ਪ੍ਰੀ ਪਲੈਨਿੰਗ ਦੇ ਮੁਤਾਬਕ ਉਹ ਉਥੋਂ ਡਿਊਟੀ ਦੇ ਵਿੱਚੋਂ ਬਾਹਰ ਨਿਕਲ ਕੇ ਭੱਜ ਗਏ ਉਸ ਸਮੇਂ ਤੋਂ ਲੈ ਕੇ ਇੱਕ ਲੰਬੀ ਦਾਸਤਾਨ ਚੱਲੀ ਹੈ ਉਸ ਤੋਂ ਪੁਲਿਸ ਨੇ ਇਮੀਡੀਏਟਲੀ ਕੇਸ ਸਿਸਟਰ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਇਨਵੈਸਟੀਗੇਸ਼ਨ ਦੇ ਦੌਰਾਨ ਜਿਹੜੀ ਪੁਲਿਸ ਨੂੰ ਉਸ ਸਮੇਂ ਪਟਿਆਲਾ ਪੁਲਿਸ ਨੂੰ ਸਭ ਤੋਂ ਪਹਿਲੀ ਜਿਹੜੀ ਕਾਮਯਾਬੀ 27th ਦਾ ਇਨਸੀਡੈਂਟ ਹੈ ਬਾਈ 27th ਈਵਨਿੰਗ ਜਿਹੜਾ ਹੈਗਾ ਇੱਕ ਸ਼ਖਸ ਜਿਹੜਾ ਬਲਵਿੰਦਰ ਪਿੰਦਾ ਅਸੇਗਾ ਜਿਹੜਾ ਕਿ ਬਾਹਰੋਂ ਜਿਹੜੇ 16 17 ਬੰਦਿਆਂ ਨੇ ਅਟੈਕ ਕੀਤਾ ਸੀ ਉਹਨਾਂ ਦੇ ਵਿੱਚ ਇੱਕ ਮੇਨ ਸੀਗਾ ਉਹਨੂੰ ਅਰੈਸਟ ਕੀਤਾ ਗਿਆ ਪੰਜਾਬ ਪੁਲਿਸ ਦੀ ਇੰਟੈਲੀਜੈਂਸ ਦੀ ਇਨਫੋਰਮੇਸ਼ਨ ਸ਼ੇਅਰਿੰਗ ਤੇ ਬੇਸ ਤੇ ਸ਼ਾਮਲੀ ਦੇ ਵਿੱਚ ਉਹਨੂੰ ਅਰੈਸਟ ਕੀਤਾ ਗਿਆ ਉਹਦੀ ਜਿਹੜੀ ਇਨੀਸ਼ੀਅਲ ਪੁੱਛਗਿਚ ਆਈ ਉਸ ਤੋਂ ਸਾਰੀ ਗੱਲ ਸਾਹਮਣੇ ਆਈ ਕਿ ਇਸ ਜਿਹੜਾ ਹੈਗਾ ਇਸ ਆਪਰੇਸ਼ਨ ਨੂੰ ਜਿਹੜਾ ਕੰਟਰੋਲ ਕਰ ਰਿਆ ਸੀ ਉਹ ਇੱਕ ਸ਼ਖਸ ਸੀਗਾ ਜਿਹੜਾ ਜਿਹਦਾ ਨਾਮ ਰਮਨਜੀਤ ਸਿੰਘ ਰੋਮੀ ਹੈ ਤੇ ਜੋ ਕਿ ਹਾਂਗਕਾਂਗ ਵਿੱਚ ਬੇਸਡ ਹੈ ਸੋ ਇਹ ਪਹਿਲੇ ਦਿਨ ਹੀ ਜਿਹੜਾ ਹੈਗਾ ਇਸ ਰਮਨਜੀਤ ਰੋਮੀ ਦਾ ਨਾਮ ਫਿਕਰ ਕਰ ਗਿਆ ਸੀ ਉਸ ਤੋਂ ਉਪਰੰਤ 28th ਦੀ ਮਾਰਨਿੰਗ ਨੂੰ ਜਿਹੜਾ ਹੈਗਾ ਹਰਮਿੰਦਰ ਮਿੰਟੂ ਜਿਹੜਾ ਕਿ ਇੱਕ ਕੇਐਲਐਫ ਦਾ ਟੈਰਰਿਸ ਸੀ ਉਹ ਅਰੈਸਟ ਹੋ ਜਾਂਦਾ ਹੈ ਦਿੱਲੀ ਤੋਂ ਸਾਈਮਲਟੇਨियसਲੀ ਜਿਹੜਾ ਇੱਕ ਆਪਰੇਸ਼ਨ ਨੇ ਚੱਲ ਰਹੇ ਸੀਗੇ ਉਹਨਾਂ ਦੇ ਵਿੱਚ ਵਕ ਵਕ ਸਮੇਂ ਤੇ ਜਿਹੜਾ ਨੀਟਾ ਦਿਓਲ ਜਿਹੜਾ ਇੱਕ ਭੱਜਿਆ ਸੀਗਾ ਉਹ ਵਿੱਚ ਜਿਹੜੇ 6 ਬੰਦੇ ਜਿਹੜੇ ਭੱਜੇ ਸੀ ਉਹਨਾਂ ਦੇ ਮੈਂ ਨਾਂ ਤੁਹਾਨੂੰ ਡਿਟੇਲਸ ਦੱਸ ਦਿੰਨਾ ਉਹਨਾਂ ਵਿੱਚ ਹਰਮਿੰਦਰ ਮਿੰਟੂ ਕੇਐਲਐਫ ਦਾ ਟੈਰੇਸੀ ਗੁਲ ਤੇ ਗਲਵੱਡੀ ਕਸ਼ਮੀਰ ਸਿੰਘ ਗਲਵੱਡੀ ਉਹ ਵੀ ਟੈਰੇਸੀ ਤੇ ਚਾਰ ਗੈਂਗਸਟਰ ਜਿਹੜਾ ਗੁਰਪ੍ਰੀਤ ਸੇਖੋਂ ਵਿੱਕੀ ਗੌਂਡਰ ਅਮਨਦੀਪ ਟੋਟੀਆਂ ਤੇ ਨੀਟਾ ਦਿਓ ਸੋ ਇਹ 6 ਬੰਦੇ ਜਿਹੜੇ ਭੱਜੇ ਸੀ ਤੇ ਇਹਨਾਂ ਨੂੰ ਭਜਾਉਣ ਵਾਲਿਆਂ ਵਿੱਚ ਜਿਹੜੇ 16 17 ਬੰਦੇ ਸੀ ਉਹਨਾਂ ਚ ਪ੍ਰੇਮਾ ਲਾਹੌਰੀਆ ਹੈਰੀ ਛੱਠਾ ਅਮ ਬਲਵਿੰਦਰ ਪਿੰਦਾ ਤੇ ਵਕ ਵਕ ਹੋਰ ਜਿਹੜੇ ਸ਼ਖਸ ਸੀ ਜਿਹੜੇ ਸਾਰੇ ਅਕਾਊਂਟ ਫੋਰ ਹੋ ਗਏ ਹੁਣ ਤੱਕ ਜਿਹੜੇ ਉਸ ਕੇਸ ਦੇ ਵਿੱਚ ਤਕਰੀਬਨ 26 ਬੰਦੇ ਜਿਹੜੇ ਅਰੈਸਟ ਹੋ ਕੇ ਚਾਰਸ਼ੀਟ ਹੋਏ ਤੇ ਉਹਨਾਂ ਦੇ ਵਿੱਚੋਂ 22 ਨੂੰ ਦੇ ਕਰੀਬ ਉਹਨਾਂ ਨੂੰ ਸਜ਼ਾਵਾਂ ਹੋ ਚੁੱਕੀਆਂ ਨੇ ਕਿਸੇ ਨੂੰ 10-10 ਸਾਲ ਦੀ ਸਜ਼ਾ ਹੋ ਗਈ ਹੈ ਜਿਹਦੇ ਵਿੱਚ ਕੁਝ ਜੇਲ ਅਫੀਸ਼ਰ ਵੀ ਇਨਵੋਲਡ ਸੀ ਉਹਨਾਂ ਨੂੰ ਵੀ ਸਜ਼ਾ ਹੋ ਚੁੱਕੀ ਹੈ ਇਹ ਰੋਮੀ ਤੁਸੀਂ ਕਿਹਾ ਹਾਂਗਕਾਂਗ ਰਹਿੰਦਾ ਸੀ ਇਹ ਪੰਜਾਬ ਆਇਆ ਸੀ 2016 ਦੇ ਵਿੱਚ ਔਰ ਇਹ ਇਹਨਾਂ ਦੀ ਟਿਊਨਿੰਗ ਜੇਲ ਬ੍ਰੇਕ ਜਿਹੜੇ ਜਿਨ੍ਹਾਂ ਨੂੰ ਭਜਾਣਾ ਸੀ ਕਿਵੇਂ ਸੀਗੀ ਕਿਸ ਤਰੀਕੇ ਨਾਲ ਇਹਨਾਂ ਦਾ ਕਨੈਕਸ਼ਨ ਸੀਗਾ ਔਰ ਕਦੋਂ ਇਹ ਪੰਜਾਬ ਆਇਆ ਸੀ ਹਾਂਜੀ ਇਹ ਜਿਹੜਾ ਰਮਨਜੀਤ ਰੋਮੀ ਹੈ ਇਹ ਇੱਕ ਸ਼ੇਰਾ ਖੋਬਣ ਗਰੁੱਪ ਦੇ ਜਿਹੜੇ ਵਿਕੀ ਗੌਂਡਰ ਗੁਰਪ੍ਰੀਤ ਸਿੱਖ ਹੋਰਾਂ ਦਾ ਗੈਂਗ ਹੈ ਉਹਦਾ ਇੱਕ ਮੈਂਬਰ ਹੈਗਾ ਰਮਨਦੀਪ ਮਿਸ਼ਾਣਾ ਉਹਦੀ ਇਹ ਭੂਆ ਦਾ ਲੜਕਾ ਉਹਨਾਂ ਦੇ ਨਾਲ ਇਹ ਪਹਿਲਾਂ ਤੋਂ ਹੀ ਐਸੋਸੀਏਟਡ ਹੈ ਇਹ ਇਹਨਾਂ ਦੇ ਗੈਂਗ ਦੇ ਮੈਂਬਰਸ ਦੇ ਨਾਲ ਉਹਦੀ ਰਿਸ਼ਤਦਾਰੀ ਹੋਣ ਕਰਕੇ ਰਮੀ ਮਿਸ਼ਾਣੇ ਨਾਲ ਜਿਹਦੇ ਕਰਕੇ ਇਹ ਆਫ ਐਂਡ ਔਨ ਇਥੇ ਇੰਡੀਆ ਹੁੰਦੇ ਰਹਿੰਦਾ ਸੀ ਇਹ ਇਹਦਾ ਬੰਗੀ ਪਿੰਡ ਹੈਗਾ ਰੋਲਦੂ ਬੰਗੀ ਸਿੰਘ ਜਿਹੜਾ ਬਠਿੰਡਾ ਡਿਸਟ੍ਰਿਕਟ ਦੇ ਵਿੱਚ ਹੈ ਇਹਦੇ ਪੇਰੈਂਟਸ ਲੀਗਲੀ ਹਾਂਗਕਾਂਗ ਵਿੱਚ ਰਹਿੰਦੇ ਸੀ ਇਹਦਾ ਵੀ ਉੱਥੇ ਹੀ ਪਰਮਨੈਂਟਲੀ ਉੱਥੇ ਰੈਜ਼ੀਡੈਂਟ ਕਾਰਡ ਬਣਿਆ ਹੋਇਆ ਸੀਗਾ ਹਾਂਗਕਾਂਗ ਦੇ ਵਿੱਚ ਆਫ ਐਂਡ ਔਨ ਇੰਡੀਆ ਚ ਆਉਂਦਾ ਸੀ ਇਹ ਜੂਨ 16 ਦੇ ਵਿੱਚ ਇੱਥੇ ਇੰਡੀਆ ਚ ਆਇਆ ਸੀਗਾ ਤੇ ਤਕਰੀਬਨ 2 ਦਿਨ ਬਾਅਦ ਇਹਦੀ ਅਰੈਸਟ ਇੱਕ ਹੋਰ ਕੇਸ ਦੇ ਵਿੱਚ ਹੋ ਜਾਂਦੀ ਹੈ ਉਹਦੇ ਵਿੱਚ ਕੇਸ ਦੇ ਤੋਂ ਨਜਾਇਜ਼ ਹਥਿਆਰ ਤੇ ਇੱਕ ਗੱਡੀ ਪਲੱਸ ਜਿਹੜਾ ਹੈਗੇ ਨੇ ਇਹਦੇ ਵਿੱਚ ਇਹ ਇੱਕ ਫਰਾਡ ਸਕੈਮਿਸਟਰ ਜਿਹੜਾ ਹੁੰਦਾ ਕ੍ਰੈਡਿਟ ਕਾਰਡ ਸਟੋਲਨ ਕ੍ਰੈਡਿਟ ਕਾਰਡਸ ਦਾ ਡਾਟਾ ਉਹਨਾਂ ਕ੍ਰੈਡਿਟ ਕਾਰਡਸ ਦੇ ਵਿੱਚ ਪਾ ਕੇ ਆਪਣੇ ਇੱਥੇ ਉਹਨਾਂ ਨੂੰ ਯੂਜ਼ ਕਰਨ ਵਾਸਤੇ ਇਹ ਲੈ ਕੇ ਆਇਆ ਸੀਗਾ ਉਹ ਸਾਰੇ ਕੁਝ ਰਿਕਵਰੀ ਹੋਈ ਸੀ ਗੁਰਮੀਤਜੀ ਕਿਉਂਕਿ ਇਹਦੇ ਵਿੱਚ ਇੱਕ ਸਵਾਲ ਹੋਰ ਹੈ ਬਹੁਤ ਇੰਪੋਰਟੈਂਟ ਪੰਕਜ ਕੀ ਇਹਦਾ ਪੂਰਾ ਰੋਲ ਕੀ ਰਹਾ ਰਮਨਜੀਤ ਸਿੰਘ ਉਸ ਰੋਮੀ ਇਹਦਾ ਰੋਲ ਇਸ ਪੂਰੇ ਜੇ ਕਹਿ ਸਕਦੇ ਕਿ ਪੂਰੇ ਐਪੀਸੋਡ ਦੇ ਵਿੱਚ ਕਿਸ ਤਰ੍ਹਾਂ ਦਾ ਰੋਲ ਰਹਾ ਇਹਨੇ ਕਿਸ ਤਰ੍ਹਾਂ ਦੀ ਮਦਦ ਕੀਤੀ ਜਿਹੜੇ ਵੀ ਉੱਥੇ ਪਹੁੰਚੇ ਸੀਗੇ ਜਿਹੜੇ ਤੁਸੀਂ ਨਾਂ ਲਏ ਔਰ ਵੱਡੇ ਜਿਹੜੇ ਚਾਰ ਗੈਂਗਸਟਰ ਨੇ ਵਿੱਕੀ ਗੌਂਡਰ ਦੀ ਤੁਸੀਂ ਗੱਲ ਕੀਤੀ ਸੇਖੋ ਦੀ ਗੱਲ ਕੀਤੀ ਉਹ ਜਿਹੜੇ ਟੈਰਿਸ ਸੀਗੇ ਇਹਦਾ ਮੇਨ ਰੋਲ ਕੀ ਸੀਗਾ ਉਹਦੇ ਵਿੱਚ ਪੂਰੇ ਐਪੀਸੋਡ ਦੇ ਵਿੱਚ ਨਹੀਂ ਜਦੋਂ 16 ਉਸ ਕੇਸ ਦੇ ਵਿੱਚ ਅਰੈਸਟ ਹੋਇਆ ਉਦੋਂ ਇਹ ਨਾਬਾ ਜੇਲ੍ਹ ਦੇ ਵਿੱਚ ਹੀ ਗਿਆ ਓਕੇ ਉਦੋਂ ਇਹ ਨਾਬਾ ਜੇਲ੍ਹ ਦੇ ਵਿੱਚ ਲੋਜ ਸੀਗਾ ਉਹ ਉਹਨਾਂ ਦੇ ਆਲਰੇਡੀ ਇਹਨਾਂ ਨਾਲ ਕਨੈਕਸ਼ਨ ਸੀਗੇ ਹੂੰ ਤਾਂ ਇਹਨਾਂ ਦੇ ਨਾਲ ਹੁੰਦੇ ਹੋਏ ਇਹਨਾਂ ਦੇ ਹਰਮਿੰਦਰ ਮਿੰਟੂ ਨਾਲ ਤੇ ਕਸ਼ਮੀਰ ਗਲਵੱਡੀ ਨਾਲ ਵੀ ਜੇਲ੍ਹ ਦੇ ਵਿੱਚ ਉਹ ਵੀ ਆਲਰੇਡੀ ਜੇਲ੍ਹ ਸੀ ਉਹ ਆਲਰੇਡੀ ਜੇਲ੍ਹ ਦੇ ਵਿੱਚ ਹੀ ਸੀ ਇਹ ਸਾਰਿਆਂ ਦਾ ਉਥੇ ਜੇਲ੍ਹ ਦੇ ਵਿੱਚ ਆਪਸ ਚ ਚੰਗੀ ਚੰਗੀ ਜਾਣ ਪਛਾਣ ਹੋ ਗਈ ਇਹ ਜਿਹੜੇ ਗੁਰਪ੍ਰੀਤ ਸੇਖੋਂ ਤੇ ਇਹ ਹਰਮੀਤ ਪੀ ਐਚ ਡੀ ਜਿਹੜਾ ਕੇ ਐਲ ਐਫ ਦਾ ਪਾਕਿਸਤਾਨ ਬੇਸਡ ਜਿਹੜਾ ਟੈਰਿਸਟ ਰਿਸ ਸੀਗਾ ਉਹਨੂੰ ਆਲਰੇਡੀ ਇੱਕ ਦੂਜੇ ਨੂੰ ਇਹ ਜਾਣ ਪਛਾਣ ਹੋ ਚੁੱਕੀ ਸੀ ਸੋ ਜਦੋਂ ਇਹਦੀ ਬੇਲ ਹੋਈ ਰਮਨਜੀਤ ਰੋਮੀ ਦੀ ਅਗਸਟ ਦੇ ਵਿੱਚ ਯਾਨੀ ਉਸੇ ਦਿਨ ਤੋਂ ਕਹਿ ਸਕਦੇ ਹਾਂ ਕਿ ਸਾਰੀ ਜਿਹੜੀ ਕਹਾਣੀ ਸ਼ੁਰੂ ਹੋਈ ਸੋ ਅਸੀਂ ਇਹੀ ਜਿਹੜੀ ਹਲੇ ਤੱਕ ਦੀ ਇਨਵੈਸਟੀਗੇਸ਼ਨ ਦੇ ਵਿੱਚ ਇਹੀ ਸਾਹਮਣੇ ਆਇਆ ਕਿ ਇਹ ਉਸ ਟਾਈਮ ਤੋਂ ਉਤੋਂ ਹੀ ਇਹਨਾਂ ਨੇ ਜਿਹੜਾ ਹੈਗਾ ਇਹਦੀ ਪਲਾਨਿੰਗ ਸ਼ੁਰੂ ਕੀਤੀ ਫਿਰ ਜਿਹੜੀ ਇਹ 16 ਜਿਹੜੀ ਹੈਗੇ 27 ਨਵੰਬਰ ਨੂੰ ਇਹਨਾਂ ਨੇ ਇਹ ਬੇਲ ਤੇ ਆਇਆ ਬੇਲ ਤੋਂ ਜੰਪ ਕਰਕੇ ਇਹ ਆਪਣਾ ਜਿਹੜੀਆਂ ਕੋਰਟ ਦੀਆਂ ਬੇਲ ਦੀਆਂ ਕੰਡੀਸ਼ਨ ਸੀ ਉਹਨਾਂ ਨੂੰ ਵਾਇਲਟ ਕਰਕੇ ਇਹ ਹਾਂਗਕਾਂਗ ਭਜਣ ਵਿੱਚ ਕਾਮਯਾਬ ਹੋ ਗਿਆ। ਲੇਕਿਨ ਸਵਾਲ ਇਸ ਦੇ ਵਿੱਚ ਇਹ ਵੀ ਉੱਠ ਰਿਹਾ ਹੈ ਕਿ ਨਾਬਾ ਜੇਲ ਬ੍ਰੇਕ ਹੋਈ ਕਿਵੇਂ? ਕਿਵੇਂ ਪਲੈਨਿੰਗ ਰਚੀ ਗਈ? ਕੀ ਇਹਨਾਂ ਦਾ ਪਲਾਨ ਸਿਰਫ ਦੋ ਟੈਰਰਿਸਟ ਨੂੰ ਭਜਾਉਣਾ ਸੀ ਜਾਂ ਚਾਰ ਗੈਂਗਸਟਰ ਔਰ ਟੈਰਰਿਸਟ ਆਪਸ ਵਿੱਚ ਮਿਲੇ ਹੋਏ ਸੀ? ਔਰ ਕੀ ਇਹ ਹਾਂਗਕਾਂਗ ਤੋਂ ਹੀ ਪਲੈਨ ਕਰਕੇ ਆਪਣੇ ਆਪ ਪਹਿਲਾਂ ਪੁਲਿਸ ਦੇ ਗ੍ਰਫਤ ਦੇ ਵਿਚਾਲਿਆ ਕਿ ਨਾਬਾ ਜੇਲ ਪਹੁੰਚੇ? ਕਿਸ ਤਰੀਕੇ ਨਾਲ ਪਲੈਨਿੰਗ ਔਰ ਕਿਵੇਂ ਇਹ ਪਲੈਨਿੰਗ ਰਚੀ ਗਈ ਸੀ? ਸੋ ਜੋ ਹਾਲੇ ਤੱਕ ਦੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਆਇਆ ਸੀਗਾ ਇਹੀ ਆਇਆ ਸੀ ਵੀ ਇਹ ਜੇਲ ਦੇ ਵਿੱਚ ਹੀ ਇਹਨਾਂ ਦਾ ਜਿਹੜਾ ਨੈਕਸਸ ਸੀਗਾ ਇਹ ਪਹਿਲੀ ਵਾਰੀ ਸਾਹਮਣੇ ਆਇਆ ਕਿ ਗੈਂਗਸਟਰ ਤੇ ਟੈਰਰਿਸਟ ਨੈਕਸਸ 2016 ਜੇਲ ਬ੍ਰੇਕ ਤੋਂ ਬਾਅਦ ਇਹ ਇੱਕ ਨਵਾਂ ਫੀਨੋਮੈਨਾ ਪੰਜਾਬ ਦੇ ਵਿੱਚ ਸ਼ੁਰੂ ਹੋਇਆ ਸੀਗਾ। ਤੋਂ ਉਹਦੀ ਪਲੈਨਿੰਗ ਜਿਹੜੀ ਹੈਗੀ ਹੈ ਇਹਨਾਂ ਦੀ ਹੁਣ ਬਾਹਰਲੇ ਬੈਠੇ ਬੰਦੇ ਜਿਹੜੇ ਹੈਗੇ ਨੇ ਉਹਨਾਂ ਦੇ ਨਾਲ ਫਿਰ ਇਟ ਇਜ਼ ਅ ਵੈਰੀ ਉਹ ਸਮੇਂ ਦਾ ਵੀ ਇੱਕ ਬਹੁਤ ਵੱਡਾ ਸੈਂਸੇਸ਼ਨ ਸੀਗਾ। ਕਿ ਬਾਹਰੋਂ ਇਹਨੇ ਬੰਦਿਆਂ ਨੇ ਪਲਾਨ ਕਰਕੇ ਅਟੈਕ ਕੀਤਾ ਅਟੈਕ ਚਾਰ ਗੱਡੀਆਂ ਦੇ ਵਿੱਚ ਆਏ ਸਨ ਆ ਕੇ ਉਹਨਾਂ ਨੇ ਪਹਿਲਾ ਜਿਹੜੀ ਪਹਿਲੀ ਗੱਡੀ ਦੀ ਐਂਟਰੀ ਹੈ ਜਿਹੜੀ ਉਹ ਇੱਕ ਪੁਲਿਸ ਯੂਨੀਫਾਰਮ ਦੇ ਵਿੱਚ ਹੋ ਕੇ ਇੱਕ ਕੈਦੀ ਬਣਾਇਆ ਹੋਇਆ ਸੀ ਇੱਕ ਸਿਵਲ ਕੱਪੜਿਆਂ ਦੇ ਵਿੱਚ ਚਾਰ ਮੁਲਾਜ਼ਮ ਉਹਦੇ ਵਿੱਚ ਗੱਡੀ 'ਚ ਬੈਠੇ ਸੀ ਤਾਂ ਪੈਸਕੋ ਦੇ ਜਿਹੜੇ ਗਾਰਡ ਜਿਹੜੇ ਜਵਾਨ ਉੱਥੇ ਗਾਰਡ ਤੇ ਬਾਹਰ ਲੱਗੇ ਹੋਏ ਸੀਗੇ ਗੇਟ ਤੇ ਉਹਨਾਂ ਨੇ ਵੈਰੀਫਿਕੇਸ਼ਨ ਕਰਨ ਦੀ ਬਜਾਏ ਸਿਰਫ ਯੂਨੀਫਾਰਮ ਦੇਖ ਕੇ ਉਹਨਾਂ ਨੂੰ ਉੱਥੋਂ ਐਂਟਰੀ ਦਿੱਤੀ ਹੁਣ ਉਹਦੇ 'ਚ ਉਹਨਾਂ ਦਾ ਉਹਨਾਂ ਦੀ ਨਲਕੀ ਸੀ ਉਹਨਾਂ ਦੀ ਮਿਲੀਭੁਗਤ ਸੀ ਇਹ ਵੀ ਗੱਲ ਸਾਹਮਣੇ ਆਈ ਇਨਵੈਸਟੀਗੇਸ਼ਨ ਦੇ ਵਿੱਚ ਜਿਹਦੇ ਕਰਕੇ ਜੇਲ ਅਫੀਸ਼ੀਅਲਸ ਦੇ 4 ਦੇ ਕਰੀਬ ਮੁਲਾਜ਼ਮ ਜਿਹੜੇ ਨੇ ਉਹ ਚਲਾਨ ਹੋਏ ਉਹਨਾਂ ਵਿੱਚੋਂ ਮੈਕਸਿਮਮ ਜਿਹੜੇ 2 ਜਾਂ 3 ਨੂੰ ਉਹਨਾਂ ਨੂੰ ਆਲਰੇਡੀ ਕਨਵਿਕਸ਼ਨ ਵੀ ਹੋ ਗਈ ਹੈ 10 ਸਾਲ ਦੀ ਉਹਦੇ ਵਿੱਚ ਸਜ਼ਾ ਵੀ ਹੋਈ ਹੈ ਡੀਐਸਪੀ ਬਰਾੜ ਹੋਰਾਂ ਨਾਲ ਵੀ ਗੱਲਬਾਤ ਕਰਾਂਗੇ ਤੁਸੀਂ ਵਿੱਕੀ ਗੋਂਡਰ ਦਾ ਇਨਕਾਊਂਟਰ ਕੀਤਾ ਰਾਜਸਥਾਨ ਦੇ ਵਿੱਚ ਜਾ ਕੇ ਜਨਾਬਾ ਜੇਲ ਬ੍ਰੇਕ ਹੋਈ ਸੀ ਵਿੱਕੀ ਗੋਂਡਰ ਤਾਂ ਉਸ ਵੇਲੇ ਕਿਵੇਂ ਪਹੁੰਚੇ ਸੀ ਔਰ ਹੁਣ ਕੱਲ ਜਿਹੜੀਆਂ ਤੁਹਾਡੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਕਿ ਰਾਜਸਥਾਨ ਤੋਂ ਬਾਅਦ ਤੁਸੀਂ ਹੁਣ ਹਾਂਗਕਾਂਗ ਪਹੁੰਚ ਜਾਂਦੇ ਹੋ ਹਾਂਗਕਾਂਗ ਤੁਸੀਂ ਕਿਵੇਂ ਪਹੁੰਚੇ ਕਿਵੇਂ ਪਤਾ ਲੱਗਾ ਕਿ ਰੋਮੀ ਹਾਂਗਕਾਂਗ ਚਲਾ ਗਿਆ ਔਰ ਕਦੋਂ ਪਤਾ ਲੱਗਾ ਸੀ ਕਿ ਤੁਰੰਤ ਪਤਾ ਲੱਗਾ ਜਾਂ ਸਮਾਂ ਲੱਗਾ ਕਿਉਂਕਿ ਜਾਣਕਾਰੀ ਇਹ ਵੀ ਮਿਲੀ ਹੈ ਕਿ ਇਹ ਮਸਲਾ ਕਿਉਂਕਿ ਦੋ ਸਰਕਾਰਾਂ ਦੇ ਵਿਚਾਲੇ ਵੀ ਸੀਗਾ ਕੋਰਟ 'ਵੀ ਇਹ ਮਸਲਾ ਪਹੁੰਚਿਆ ਸੀ ਔਰ ਕੋਰਟ ਦੇ ਹੁਕਮਾਂ ਤੋਂ ਬਾਅਦ ਲੰਮਾ ਸਮਾਂ ਲੱਗਾ ਕਈ ਸਾਲ ਲੱਗੇ ਇਸ ਕਰਕੇ ਦੇਰੀ ਹੋਈ ਜਿਵੇਂ ਇਹ ਜੀ ਸਰ ਗੁਰਮੀਤ ਸਰ ਨੇ ਤੁਹਾਨੂੰ ਬਰੀਫ ਕੀਤਾ ਜਦੋਂ ਇਹ 27 11 ਨੂੰ 2016 ਨੂੰ ਇਹ ਇਨਸੀਡੈਂਟ ਹੋਇਆ ਉਦੋਂ ਸਰ ਵਾਜ਼ ਐਸਐਸਪੀ ਪਟਿਆਲਾ ਮੈਂ ਸੀਆਈਏ ਇਨਸਪੈਕਟਰ ਪਟਿਆਲਾ ਸੀ ਤੇ ਹਰਵਿੰਦਰ ਸਰ ਵਾਜ਼ ਐਸਪੀ ਡੀ ਪਟਿਆਲਾ ਤਾਂ ਉਦੋਂ ਜਦੋਂ ਅਸੀਂ ਇਹਦੇ ਵਿੱਚ ਬੰਦੇ ਪਹਿਲਾ ਬ੍ਰੇਕਥਰੂ ਹੋਇਆ ਪਲਵਿੰਦਰ ਪਿੰਦਾ ਉੱਥੋਂ ਫਿਰ ਰੋਮੀ ਫਿਗਰ ਹੋਇਆ ਵੀ ਰੋਮੀ ਹਾਂਗਕਾਂਗ ਹੈਗਾ ਫਿਰ ਆਈ ਅਸੀਂ ਡਾਟਸ ਜਿਹੜੇ ਕਨੈਕਟ ਕਰਦੇ ਜਿਹੜਾ ਵੀ ਬੰਦਾ ਫੜਦੇ ਤਾਂ ਰੋਮੀ ਹਾਂਗਕਾਂਗ ਦਾ ਨਾਮ ਆਉਂਦਾ ਸੀ ਰੋਮੀ ਕਦੋਂ ਚਲਾ ਗਿਆ ਸੀ ਉਹਨੂੰ ਰੋਮੀ ਹਾਂਗਕਾਂਗ ਉਦੋਂ ਪਹਿਲਾਂ 16 ਚ ਫਲੇ ਕਰ ਚੁੱਕਿਆ ਸੀ ਪਹਿਲਾਂ ਅਰੈਸਟ ਹੋਇਆ ਸੀ ਯਾਨੀ ਕਿ ਸਰ ਰੋਮੀ ਨੇ ਉੱਥੇ ਹੀ ਜਾ ਕੇ ਪੂਰੀ ਪਲੈਨਿੰਗ ਜਿੱਦਾਂ ਤੁਸੀਂ ਕਿਹਾ ਕਿ ਜੂਨ ਚ ਆਇਆ ਸੀਗਾ ਔਰ ਉਸ ਤੋਂ ਬਾਅਦ ਸਾਰੀ ਪਲੈਨਿੰਗ ਜਿਹੜੀ ਹੈਗੀ ਹੈ ਉਹ ਕਹਿ ਸਕਦੇ ਆ ਕਿ ਕੋਰੈਕਟਿਵਿਟੀ ਉੱਥੇ ਕੀਤੀ ਕਿਉਂਕਿ ਅੰਦਰ ਇਹ ਵਿੱਕੀ ਗਵੰਡਰ ਹੋਰਾਂ ਨਾਲ ਸੀਗਾ ਤਾਂ ਇਹੀ ਉਹਨਾਂ ਨੂੰ ਸਾਰਾ ਰੱਖਦਾ ਸੀ ਹਾਈਡ ਰੋਡ ਦਿੰਦਾ ਸੀ ਭੱਜਣ ਤੋਂ ਬਾਅਦ ਸਾਰਾ ਇਹੀ ਉੱਥੋਂ ਆਪਰੇਟ ਕਰ ਰਿਹਾ ਸੀ ਇਹਨੂੰ ਕੰਟਰੋਲ ਰੂਮ ਹੀ ਕਿਹਾ ਜਾ ਸਕਦਾ ਵੀ ਉੱਥੋਂ ਨਾਬਾ ਜੇ ਸਾਰਾ ਮੀਡੀਏਟਰ ਲੌਜਿਸਟਿਕਸ ਪ੍ਰੋਵਾਈਡ ਕਰਨੀਆਂ ਫਿਰ ਆਈ ਅਸੀਂ ਜਿਹੜੇ ਡਾਟਸ ਟੈਕਨੀਕਲ ਤੇ ਹਿਊਮਨ ਜਦੋਂ ਇੰਟੈਲੀਜੈਂਸ ਜੋੜੀ ਸਾਰੀ ਟੀਮ ਨੇ ਤੇ ਫਿਰ ਅਸੀਂ ਐਂ ਸਟੈਪਸ ਕਰਦੇ 2018 ਚ ਅਸੀਂ ਵਿੱਕੀ ਗੋਂਡਰ ਨੂੰ ਨਿਊਟਰਲਾਈਜ਼ ਕੀਤੇ ਸੀ ਰਾਜਸਥਾਨ ਚ ਤੇ ਉਦੋਂ ਵੀ ਰੋਮੀ ਹਾਂਗਕਾਂਗ ਦੇ ਆਇਆ ਸੀ ਵੀ ਇਹ ਵਿੱਕੀ ਹੋਰਾਂ ਨੂੰ ਉਦੋਂ ਵੀ ਮਤਲਬ ਇਹੀ ਉਹਨਾਂ ਨੂੰ ਹਾਈਡ ਆਊਟ ਦੇ ਰਿਆ ਇਹੀ ਫਾਈਨੈਂਸ਼ੀਅਲ ਹੈਲਪ ਦੇ ਰਿਆ ਪਾਕਿਸਤਾਨ ਨਾਲ ਵੀ ਟੱਚ ਇਹੀ ਕਰਾ ਰਿਆ ਸਾਰਾ ਇਹ ਮਤਲਬ ਇਹਦਾ ਹੀ ਸਾਮਣੇ ਆ ਰਿਹਾ ਸੀ ਬਰਾਜ ਜੀ ਇਹਦਾ ਇਹਦਾ ਕੀ ਲੌਜੀਕ ਸੀਗਾ ਕਿ ਇਹਨੂੰ ਕੋਈ ਫਾਈਨੈਂਸ਼ੀਅਲੀ ਉਹ ਮਿਲਦੀ ਸੀ ਜੇਕਰ ਕਿਸੇ ਗੈਂਗਸਟਰ ਦਾ ਜਾਂ ਫਿਰ ਜਿਹੜੇ ਟੈਰਰਿਸਟ ਨੇ ਉਹਨਾਂ ਦੇ ਨਾਲ ਮਦਦ ਕਰਦਾ ਸੀ ਉਹਨਾਂ ਨੂੰ ਲੌਜਿਸਟਿਕ ਚੀਜ਼ਾਂ ਮੁਹੱਈਆ ਕਰਾ ਦਿੰਦਾ ਸੀ ਜਾਂ ਫਿਰ ਫੰਡਿੰਗ ਦੀ ਵੀ ਪੰਕਜ ਗੱਲ ਆ ਰਹੀ ਹੈ ਕਿ ਰੋਮੀ ਨੇ ਜਿਹੜੀ ਹੈਗੀ ਉਹਨਾਂ ਨੂੰ ਫੰਡਿੰਗ ਵੀ ਕੀਤੀ ਇਹਦਾ ਕੀ ਫਾਇਦਾ ਹੁੰਦਾ ਸੀ ਕਹਿੰਦੇ ਵੀ ਸਾਰਾ ਬੇਸਿਕਲੀ ਜਿਵੇਂ ਦੱਸਿਆ ਸਰ ਨੇ ਤੁਹਾਨੂੰ ਵੀ ਇਹ ਕ੍ਰਿਮੀਨਲ ਮਾਈਂਡਡ ਹੈਗਾ ਜਿਹੜੇ ਸਵੈਪ ਵੀ ਇਹ ਕ੍ਰੈਡਿਟ ਕਾਰਡਸ ਕਰਦਾ ਫਾਈਨੈਂਸ਼ੀਅਲ ट्राਨਸੈਕਸ਼ਨਸ ਕਰਦਾ ਤਾਂ ਜਿਹੜੇ ਟੈਰਰਿਸਟ ਹੁੰਦੇ ਨੇ ਕ੍ਰਾਸ ਬਾਰਡਰ ਉਹਨਾਂ ਨੂੰ ਵੀ ਹਵਾਲਾ ਮਨੀ ਫਾਈਨੈਂਸ਼ੀਅਲ ट्राਨਸੈਕਸ਼ਨਸ ਦੀ ਲੋੜ ਉਹਦੇ ਚ ਫਿਰ ਇਹ ਆਪਦਾ ਬੈਨੀਫਿਟ ਲੈਂਦਾ ਸੀ ਪੈਸੇ ਬਣਾਉਣ ਲੈਣੇ ਤੇ ਇੱਕ ਵਿੱਕੀ ਗੌਂਡਰ ਨਾਬਾ ਜੇਲ ਬ੍ਰੇਕ ਨਾਲ ਰੋਮੀ ਹਾਂਗਕਾਂਗ ਦਾ ਨਾਮ ਵੱਡਾ ਹੋ ਕੇ ਉਹ ਐਕਸਟਰਸ਼ਨਸ ਮਨੀ ਉਹਦਾ ਇਹਨੂੰ ਬੈਨੀਫਿਟ ਜੇ ਕੋਈ ਹੋਰ ਵੀ ਗੈਂਗ ਨਾਲ ਜੁੜਿਆ ਹੋਇਆ ਜਿੱਦਾਂ ਹੋਰ ਵੀ ਜਿਹੜੀ ਦੂਜੀ ਗੈਂਗ ਹੈ ਹਾਲਾਂਕਿ ਵਿੱਕੀ ਗੌਂਡਰ ਤੇ ਬਾਅਦ ਹੋਰ ਵੀ ਕਈ ਗੈਂਗਸ ਜਿਹੜੀ ਐਕਟਿਵ ਹੋਈਆਂ ਗੈਂਗਸਟਰ ਉਹਨਾਂ ਦੇ ਨਾਲ ਵੀ ਕਿਸੇ ਤਰ੍ਹਾਂ ਦਾ ਇਨਵੋਲਵਮੈਂਟ ਸਾਹਮਣੇ ਆਈ? ਹਜੇ ਤੱਕ ਸਾਡੇ ਕੋਲ ਇਹ ਨਹੀਂ ਆਈ ਕੋਈ ਬਟ ਇਹਦਾ ਟੈਰਰਿਸਟ ਲਿੰਕ ਜ਼ਰੂਰ ਆਇਆ ਸੀ ਜਿਵੇਂ ਸਰ ਨੇ ਦੱਸਿਆ ਵੀ ਆਈਐਸਆਈ ਬੈਗਡ ਜਿਹੜੇ ਹਰਮੀਤ ਹਰਮੀਤ ਸਿੰਘ ਹਾਂ ਹਰਮੀਤ ਸਿੰਘ ਪੀਐਚਡੀ ਨਾਲ ਵੀ ਸਾਡੇ ਕੋਲ ਕੁਝ ਟੈਕਨੀਕਲ ਤੇ ਹਿਊਮਨ ਇੰਟਾਈਆਂ ਸੀ ਉਹਦੇ ਨਾਲ ਵੀ ਲਿੰਕ ਸੀਗੇ। ਬាទ ਸਰ ਕਿਉਂਕਿ ਤੁਸੀਂ ਉੱਥੇ ਗਏ ਸਾਰਾ ਅਵੇਕ ਸਰ ਵੀ ਗਏ ਪੂਰਾ ਤੁਸੀਂ ਪੂਰੀ ਟੀਮ ਵਰਕ ਕੀਤਾ ਹੈ। ਕਿਸ ਤਰ੍ਹਾਂ ਦੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਪੰਕਜ ਇਹ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ 2018 ਤੋਂ ਲੈ ਕੇ ਹੁਣ ਤੱਕ 6 ਸਾਲ ਸਮਾ ਬਹੁਤ ਲੰਬਾ ਹੁੰਦਾ ਸਰ ਤੇ ਅ ਕੋਸ਼ਿਸ਼ ਕਰਾਂਗੇ ਇਹ ਵੀ ਜਾਣਨ ਦੀ ਬ੍ਰਾਟ ਸਾਹਿਬ ਕਿਉਂਕਿ ਬਹੁਤ ਜ਼ਰੂਰੀ ਹੈ ਕਿ ਟੈਕਨੀਕਲੀ ਥੋੜਾ ਜਿਹਾ ਸਮਝਾਣ ਦਿਜੀਏ ਕੋਸ਼ਿਸ਼ ਅਵਿਰਤ ਸਾਹਿਬ ਨਾਲ ਇਹ ਗੱਲ ਕਰਾਂਗੇ ਲੇਕਿਨ ਬ੍ਰਾਟ ਸਾਹਿਬ ਤੁਸੀਂ ਉੱਥੇ ਗਏ ਸਾਰੀ ਚੀਜ਼ਾਂ ਨੂੰ ਲੈ ਕੇ ਕਿਉਂਕਿ ਜਿੱਦਾਂ ਤੁਸੀਂ ਕਿਹਾ ਕਿ ਉੱਥੇ ਦੀ ਜਿਹੜੀ ਗਵਰਨਮੈਂਟ ਨੇ ਉਸ ਕਿਸ ਤਰ੍ਹਾਂ ਦਾ ਕੋਆਪਰੇਸ਼ਨ ਕਿਸ ਤਰ੍ਹਾਂ ਦਾ ਰਿਹਾ ਉੱਥੇ ਦੀ ਗਵਰਨਮੈਂਟ ਮੈਂ ਸਟਾਰਟਿੰਗ ਜਿਹੜੀ ਦੱਸਿਆ ਵੀ 2016 ਤੋਂ ਹੀ ਜਦੋਂ ਇਨਸੀਡੈਂਟ ਹੋਇਆ ਤਾਂ ਗੁਰਮੀਤ ਸਰ ਦੀ ਜਿਹੜੀ ਸਾਨੂੰ ਏਜੀ ਸਰ ਉਦੋਂ ਐਸਐਸਪੀ ਸਾਹਿਬ ਸੀ ਐਸਪੀ ਡੀ ਸਾਹਿਬ ਦੀ ਇੱਕ ਕੰਸਿਸਟੈਂਟਲੀ ਫਾਲੋ ਕਰਨਾ ਤੇ ਆਪਾਂ ਜਿਹੜਾ ਮੇਨ ਦੋਸ਼ੀ ਜਿਹੜਾ ਨਿਕਲ ਕੇ ਆਉਂਦਾ ਸੀ ਭੱਜੇ ਗਏ ਫੜੇ ਜਾਣਗੇ ਪਰ ਜਿਹਨੇ ਸਾਰਾ ਰਚਿਆ ਇਹ ਉਹ ਹਾਂਗਕਾਂਗ ਬੈਠਾ ਆਪਾਂ ਉਹਨੂੰ ਲਿਆਉਣਾ ਤੇ ਉਹ ਇੱਕ ਇਹ ਮਤਲਬ ਉਦੋਂ ਤੋਂ ਹੀ ਅਸੀਂ ਇੱਕ ਟੀਮ ਕਲੈਕਟਿਵ ਐਫਰਟ ਸੀ ਵੀ ਆਪਾਂ ਇਹਨੂੰ ਚੀਨੀ ਇਕ ਵੀ ਆਕ ਹੋਣ ਚਾਹੇ ਗਵਰਨਮੈਂਟ ਚੇਂਜ ਹੋਣ ਕੁਝ ਵੀ ਹੋਵੇ ਬਟ ਵੀ ਹੈਵ ਟੂ ਗੋ ਫਾਰ ਇਟ ਤੇ ਅਸੀਂ ਇਹ ਕੰਸਿਸਟੈਂਟਲੀ ਤਿੰਨੇ ਅਸੀਂ ਤੇ ਹੋਰ ਵੀ ਸਾਡੇ ਥੱਲੇ ਸਬੋਡੀਨੇਟਸ ਨੇ ਕਈ ਇਨਸਪੈਕਟਰ ਸਬ ਇਨਸਪੈਕਟਰ ਏਐਸਆਈਸ ਗਰਾਊਂਡ ਲੈਵਲ ਤੱਕ ਜੁੜ ਕੇ ਇਹ ਕੰਮ ਕੀਤਾ ਐਸਪੀਬੀ ਵੀਕ ਸਾਹਿਬ ਹਾਂਗਕਾਂਗ ਜਿਹੜੀ ਟੀਮ ਗਈ 6 ਬੰਦਿਆਂ ਦੀ ਟੀਮ ਗਈ ਪਹਿਲੀ ਵਾਰ ਤੁਸੀਂ ਗਏ ਸੀਗੇ ਜਾਣਕਾਰੀ ਮਿਲੀ ਸ਼ਾਇਦ ਤੀਸਰੀ ਵਾਰ ਤੁਸੀਂ ਹਾਂਗਕਾਂਗ ਗਏ ਕਿਵੇਂ ਪਤਾ ਲੱਗਾ ਕਿ ਹਾਂਗਕਾਂਗ ਦੇ ਵਿੱਚ ਹੈ ਔਰ ਜਾਣਕਾਰੀ ਵੀ ਮਿਲੀ ਕਿ ਰੋਬਰੀ ਦੇ ਵਿੱਚ ਇਸ ਦਾ ਨਾਮ ਸੀਗਾ ਹਾਂਗਕਾਂਗ ਇੱਥੇ ਕੇਸ ਵੀ ਕਾਫੀ ਲੰਮਾ ਚੱਲਿਆ ਉਰ ਕਿਵੇਂ ਲੈ ਕੇ ਆਏ ਇਹ 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 ਦਰਸ਼ਕਬੋਧ ਜਾਨਣਾ ਚਾਹੁੰਦੇ ਨੇ ਜਦੋਂ ਨਾਬਾ ਜੇਲ ਬ੍ਰੇਕ ਦਾ ਇਨਸੀਡੈਂਟ ਹੁੰਦਾ ਤਾਂ ਫਿਗਰ ਆਊਟ ਜਦੋਂ ਰਮਨਜੀਤ ਰੋਮੀ ਦਾ ਨਾਮ ਸਾਡੇ ਕੋਲ ਫਸਟ ਡੇ ਦੇ ਉੱਤੇ ਜਦੋਂ ਪਲਵਿੰਦਰ ਪਿੰਦਾ ਅਰੈਸਟ ਹੁੰਦਾ ਉਦੋਂ ਫਿਗਰ ਆਊਟ ਹੁੰਦਾ ਕਿ ਰੋਮੀ ਇੱਕ ਹਾਂਗਕਾਂਗ ਦੇ ਵਿੱਚ ਸ਼ਖਸ ਹੈਗਾ ਕਿ ਉਹ ਜਿਹੜਾ ਕੰਟਰੋਲ ਰੂਮ ਦਾ ਕੰਮ ਕਰ ਰਿਹਾ ਜਾ ਤਾਂ ਕਿਉਂਕਿ ਮੈਂ ਐਸਪੀ ਇਨਵੈਸਟੀਗੇਸ਼ਨ ਮੇਰੀ ਪੋਸਟਿੰਗ ਹੈ ਕਿਸੀ ਪਟਿਆਲਾ ਐਟ दैट ਟਾਈਮ ਐਂਡ ਮਿਸਟਰ ਗਰਮੀਤ ਚੋਹਣ ਵਾਜ਼ ਐਸਐਸਪੀ ਐਂਡ ਵਿਕਰਮ ਵਾਜ਼ ਸੀਆ ਇਨਸਪੈਕਟਰ ਐਟ दैट ਟਾਈਮ ਅਸੀਂ ਉਹ ਰੋਮੀ ਨੂੰ ਪਹਿਲਾਂ ਇੱਕ ਜੂਨ 2016 ਦੇ ਵਿੱਚ ਅਰੈਸਟ ਕੀਤਾ ਸੀ ਕੇਸ ਦੇ ਵਿੱਚ ਐਂਡ ਉਹਦੀ ਇਨਵੈਸਟੀਗੇਸ਼ਨ ਅਸੀਂ ਕੀਤੀ ਸੀ ਤਾਂ ਉਹ ਸਾਡੇ ਖਿਆਲ ਦੇ ਵਿੱਚ ਆਇਆ ਕਿ ਇਹ ਕ੍ਰੋਮੀ ਅਸੀਂ ਪਹਿਲਾਂ ਅਰੈਸਟ ਕੀਤਾ ਸੀ ਤਾਂ ਸੇਮ ਰੋਮੀ ਹੋ ਸਕਦਾ ਤਾਂ ਫਿਰ ਅਸੀਂ ਉਸ ਕੇਸ ਨੂੰ ਜਿਹੜਾ ਹੈਗਾ ਕਿ ਰੋਮੀ ਦਾ ਜਿਹੜਾ ਵੇਅਰ ਬਾਊਟ ਪਤਾ ਕੀਤਾ ਕਿ ਸੇਮ ਹੈਗਾ ਫਿਰ ਉਹਦੇ ਇਹ ਗੱਲ ਸਾਹਮਣੇ ਆਈ ਕਿ ਅਗਸਤ 2016 ਦੇ ਵਿੱਚ ਜਿਹੜੀ ਪ੍ਰੀਵੀਅਸ ਐਫਆਈਆਰ ਦੇ ਵਿੱਚ ਜਦੋਂ ਰੋਮੀ ਨੂੰ ਅਰੈਸਟ ਕੀਤਾ ਸੀ ਉਹਦੇ ਵਿੱਚ ਇਹ ਬੇਲ ਦੀ ਹੁੰਦੀ ਹੈਗੀ ਆ ਬੇਲ ਤੇ ਆ ਕੇ ਰਿਲੀਜ਼ ਹੋਣ ਤੋਂ ਬਾਅਦ ਵਾਇਓਲੇਸ਼ਨਸ ਕਰਦਾ ਹੈਗਾ ਕੰਡੀਸ਼ਨ ਜਿਹੜੀਆਂ ਬੋਜ਼ ਕੀਤੀਆਂ ਸੀ ਐਂਡ ਇਹ ਹਾਂਗਕਾਂਗ ਚਲਾ ਜਾਂਦਾ ਹੈਗਾ ਉਸ ਤੋਂ ਬਾਅਦ ਅਸੀਂ ਸਾਡੇ ਕੋਲ ਡਿਟੇਲਸ ਹੈਗੀਆਂ ਸੀ ਇਹਦੀਆਂ ਤੇ ਅਸੀਂ ਐਲਓਸੀ ਜਾਰੀ ਕੀਤਾ ਉਹ ਜਿਹੜਾ ਹੈਗਾ ਆਰਸੀਐਨ ਦਾ ਰੈੱਡ ਕਾਰਨਰ ਨੋਟਿਸ ਵਾਸ ਇਸ਼ੂਡ thereafter ਜਿਹੜਾ ਹੈਗਾ ਕਿ ਅਸੀਂ ਇਹਦੀ ਸਟਰੋਂਗ ਜਿਹੜੀ ਹੈਗੀ ਹੈ ਲੀਗਲ ਜਿਹੜੀ ਬੈਟਲ ਦੀ ਇਹਦੀ ਸ਼ੁਰੂ ਕੀਤੀ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ 2018 ਦੇ ਵਿੱਚ ਪਹਿਲਾਂ ਹੀ ਵਾਸ ਨਾਟ ਫਿਕਰ ਆਊਟ ਕਿ ਉੱਥੇ ਲੋਕੇਸ਼ਨ ਨੇ ਇਹਦੀ ਜਿਹੜੀ ਹੈਗੀ ਉਹ ਲੋਕੇਟ ਨਹੀਂ ਹੋ ਰਿਆ ਸੀ 2018 ਦੇ ਵਿੱਚ ਫੈਬ ਦੇ ਮਹੀਨੇ ਦੇ ਵਿੱਚ ਉੱਥੇ ਲੋਕੇਟ ਹੋ ਜਾਂਦਾ ਐਂਡ ਹੀ ਵਾਸ ਅਰੈਸਟਡ ਇਨ देयर ओन ਡੋਮੈਸਟਿਕ ਕੇਸ ਇਨ ਹਾਂਗਕਾਂਗ ਤਾਂ ਜਦੋਂ ਉੱਥੇ ਇੱਕ ਕੇਸ ਦੇ ਵਿੱਚ ਅਰੈਸਟ ਹੋ ਜਾਂਦਾ ਐਂਡ ਸਾਡਾ ਜਿਹੜਾ ਰੈੱਡ ਕਾਰਡਰ ਨੋਟਿਸ ਜਾਰੀ ਕੀਤਾ ਗਿਆ ਸੀ ਉਹਦੇ ਵਿੱਚ ਹਾਂਗਕਾਂਗ ਪੁਲਿਸ ਵੱਲੋਂ ਜਿਹੜੀ ਸਾਨੂੰ ਥਰੂ ਪ੍ਰੋਪਰ ਡਿਪਲੋਮੈਟਿਕ ਚੈਨਲਸ ਇਨਫੋਰਮੇਸ਼ਨ ਆਂਦੀ ਹੈ ਕਿ that he has been arrested in their domesticate case and ਜਿਹੜਾ RCN ਕੰਟਰੋਲ ਨੰਬਰ ਹੈਗਾ ਸੀ if the suspected is wanted in your case and you can follow your proceedings ਤਾਂ ਉਹਦੇ ਵਿੱਚ ਜਿਹੜੀਆਂ ਹੈਗੀਆਂ ਸੀ ਅਸੀਂ ਆਪਣਾ ਪ੍ਰੋਵੀਜ਼ਨਲ ਅਰੈਸਟ ਉਹ ਜਿਹੜੀ ਰਿਕੁਐਸਟ ਹੁੰਦੀ ਹੈ ਇੱਕ ਦਾ ਪ੍ਰੋਸੀਜਰ ਹੈਗਾ ਉਹ ਅਸੀਂ ਬਣਾ ਕੇ within 48 hours ਦੇ ਵਿੱਚ ਅਸੀਂ ਸਬਮਿਟ ਕਰਨੀ ਹੈਗੀ ਸੀ ਐਂਡ ਅਸੀਂ ਭੜਾ ਉਹਨੂੰ ਜਿਹੜੀ ਰਿਕੁਐਸਟ ਹੈ ਕਿਸੇ ਬੜੀ ਪ੍ਰੈਸਾਈਸਲੀ ਤਰੀਕੇ ਨਾਲ ਤਿਆਰ ਕਰਕੇ ਐਂਡ ਜੁਡੀਸ਼ੀਅਸ ਮਾਈਂਡ ਉਹਦੇ ਤੇ ਅਪਲਾਈ ਕੀਤਾ ਐਂਡ ਅਸੀਂ ਉਹਨੂੰ ਜਾ ਕੇ ਹਾਰਡ ਕਾਪੀ ਉਹਦੀ ਲੈ ਕੇ ਸਬਮਿਟ ਕਰਵਾ ਕੇ ਐਂਡ ਅਸੀਂ ਉਹਨੂੰ ਡਿਟੇਨ ਕਰਵਾਇਆ ਫਿਰ 2000 ਜਿਹੜੀ ਹੈਗੀ ਐ 16 18 ਦੇ ਵਿੱਚ ਜੂਨ ਦੇ ਵਿੱਚ ਹਾਂਗਕਾਂਗ ਦੇ ਵਿੱਚ ਜਿਹੜੇ ਡਿਪਾਰਟਮੈਂਟ ਆਫ ਜਸਟਿਸ ਹਾਂਗਕਾਂਗ ਸੀ ਦੇ ਇਨਵਾਈਟਡ ਆਫੀਸਰਸ ਫਾਰ ਕੇਸ ਕਾਨਫਰੈਂਸ ਤਾਂ ਉਹਦੇ ਵਿੱਚ ਜਿਹੜੇ ਸਾਡੇ ਕੇਸਿਸ ਹੈਗੇ ਸੀ ਕਿ ਜਿਨ੍ਹਾਂ ਦੇ ਵਿੱਚ ਰੋਮੀ ਵਾਸ ਵਾਂਟਡ ਤਾਂ ਉਹਦੇ ਵਿੱਚ ਕੇਸ ਕਾਨਫਰੈਂਸ ਜਿਹੜੀ ਹੋਣੀ ਸੀ ਜਿਸ ਦੇ ਵਿੱਚ ਮਿਸਟਰ ਗੁਰਮੀਤ ਚਾਨ ਤੇ ਮੈਂ ਉਸ ਟਾਈਮ ਐਸਪੀ ਇਨਵੈਸਟੀਗੇਸ਼ਨ ਪਟਿਆਲਾ ਐਂਡ ਸਾਡੇ ਡਿਸਟ੍ਰਿਕਟ ਅਟਾਰਨੀ ਸੀ ਮਿਸਟਰ ਸੰਜੀਵ ਗੁਪਤਾ ਸੀ ਤਿੰਨ ਜਣਿਆਂ ਦਾ ਜਿਹੜਾ ਪੈਨਲ ਅਸੀਂ ਲੈ ਕੇ ਉੱਥੇ ਹਾਂਗਕਾਂਗ ਵਿਜ਼ਿਟ ਕਰਦੇ ਆ ਉੱਥੇ ਸਾਡੀ ਜਿਹੜੀਆਂ ਡਿਟੇਲਸ ਦੇ ਵਿੱਚ ਜਿਹੜੀ ਹੈਗੀ ਹੈ ਡਿਸਕਸ਼ਨਸ ਜਿਹੜਾ ਹੈਗਾ ਸਾਡਾ ਸੈਸ਼ਨ ਚੱਲੇ ਤਾਂ ਕੱਲੇ-ਕੱਲੇ ਜਿਹੜੇ ਸੈਕਸ਼ਨਸ ਸਾਡੇ ਹੈਗੇ ਸੀ ਹੋਰ ਸੀ ਟੈਕਨੀਕਲ ਐਂਡ ਲੀਗਲ ਜਿਹੜੀ ਅਸੀਂ ਬੈਟਰਲ ਉੱਥੇ ਆਪਣੀ ਉਹਨਾਂ ਨੂੰ ਕੇਸ ਨੂੰ ਆਪਣਾ ਸਟਰੋਂਗਲੀ ਕੰਟੈਸਟ ਕੀਤਾ ਤਾਂ ਸਾਡੀ ਜਿਹੜੀ ਕੇਸ ਕਾਨਫਰੈਂਸ ਦੇ ਵਿੱਚ ਸਾਡੇ ਨਾਲ ਕਨਵਿੰਸ ਹੁੰਦੇ ਹੋਏ ਤਾਂ ਡਿਪਾਰਟਮੈਂਟ ਆਫ ਜਸਟਿਸ ਨੇ ਉਹਨਾਂ ਦੇ ਜਿਹੜੇ ਡੋਮੈਸਟਿਕ ਦੇ ਵਿੱਚ ਚਾਰजेस ਐ ਸੀ ਰੋਮੀ ਅਗੇਂਸਟ ਉਹਦੇ ਵਿੱਚ ਉਹਦਾ ਨਾਮ ਡ੍ਰੌਪ ਕੀਤਾ ਐਂਡ ਜੇ 60 ਨੰਬਰ ਐਫ ਆਈ ਆਰ ਜਿਹਦੇ ਵਿੱਚ ਪਹਿਲਾਂ ਅਰੈਸਟ ਹੋਇਆ ਸੀ ਨਾਬਾਦ ਦੇ ਵਿੱਚ ਉਸ ਕੇਸ ਦੇ ਦੌਰਾਨ ਨੇ ਜਦੋਂ ਜੇਲ੍ਹ ਦੇ ਵਿੱਚ ਸੀ ਤਾਂ ਇਹਨਾਂ ਨੇ ਕਸਟਡੀ ਦੇ ਵਿੱਚ ਹੁੰਦੇ ਹੋਏ ਜਿਹੜੀ ਕੌਨਸਪੀਰੇਸੀ ਹੈਗੀ ਸੀ ਵੀ ਦਾਦਰ ਕੋ ਅਕਿਊਜ਼ਡ ਨੇ ਹੈਚ ਕੀਤੀ ਸੀ ਨਾਵਾ ਜੇਲ ਦੇ ਕਿ ਜਦੋਂ ਮੈਂ ਬੇਲ ਆਊਟ ਹੋ ਜਾਊਂਗਾ ਤਾਂ ਉੱਥੇ ਜਾ ਕੇ ਮੈਂ ਐਜ਼ ਅ ਹੀ ਵਿਲ ਵਰਕ ਐਸ ਕੰਟਰੋਲ ਰੂਮ ਤਾਂ ਉਹ ਸਾਰੀ ਇਹਦੀ ਸਾਹਮਣੇ ਆਈ ਤਾਂ ਉਸ ਤੋਂ ਫੈਬ 2000 ਜਿਹੜੀ ਹੈਗੀ ਹੈ ਉਹਦੇ ਵਿੱਚ ਪਹਿਲਾਂ ਉਹਨਾਂ ਨੇ ਆਪਣੇ ਕੇਸ ਰਿਟੇਨ ਕੀਤਾ ਸੀ ਜੂਨ 2018 ਦੇ ਵਿੱਚ ਜਿਹੜੀ ਹੈਗੀ ਸਾਡੀ ਕੇਸ ਕਾਨਫਰੈਂਸ ਤੋਂ ਬਾਅਦ ਹੀ ਵਾਸ ਅਰੈਸਟਡ ਇਨ आवर ਕੇਸਿਸ ਜਿਹੜੇ ਦੋ ਕੇਸੇ ਹੈਗੇ ਸੀ 60 ਨੰਬਰ ਐਫ ਆਈ ਆਰ ਐਂਡ ਜਿਹੜੀ 142 ਨੰਬਰ ਮੇਨ ਐਫ ਆਈ ਆਰ ਹੈਗੀ ਸੀ ਨਾਵਾ ਜੇਲ ਬ੍ਰੇਕ ਦੀ ਉਹਦੇ ਵਿੱਚ ਹੀ ਵਾਸ ਅਰੈਸਟਡ ਰੈਸਟੋਰੈਂਟ ਤੋਂ ਬਾਅਦ ਫਿਰ ਸਾਡੇ ਕੋਲ ਓਨਲੀ ਵੀ ਹੈਡ ਓਨਲੀ 60 ਡੇਜ਼ ਕਿ ਜਿਹੜਾ ਹੈਗਾ ਐਕਸਟਰਾਡੀਸ਼ਨ ਦਾ ਜਿਹੜਾ ਡੋਸੀਅਰ ਹੈਗਾ ਸੀ ਉਹਨੂੰ ਅਸੀਂ ਜਿਹੜਾ ਸਰੈਂਡਰ ਰਿਕੁਐਸਟ ਕਹਿੰਦੇ ਆ ਇਹਨਾਂ ਦੇ ਹਾਂਗਕਾਂਗ ਦੇ ਜਿਹੜੀ ਟ੍ਰੀਟੀ ਦੇ ਅਕੋਰਡਿੰਗਲੀ ਸਰੈਂਡਰ ਰਿਕੁਐਸਟ ਜਿਹੜੀ ਹੈਗੀ ਅਸੀਂ 60 ਡੇਜ਼ ਦੇ ਵਿੱਚ ਸਬਮਿਟ ਕਰਨੀ ਸੀ ਤਾਂ ਉਹ 60 ਡੇਜ਼ ਦੇ ਵਿੱਚ ਜਿਹੜੀ ਅਸੀਂ ਸਬਮਿਟ ਜੈਟ ਕਰਵਾਉਣ ਵਾਸਤੇ ਸੀ ਉਹਦੇ ਤੇ ਬਹੁਤ ਜਿਹੜੀ ਸਾਡੀ ਵਧੀਆ ਤਰੀਕੇ ਨਾਲ ਅਸੀਂ ਉਹਨੂੰ ਤਿਆਰ ਕੀਤਾ ਐਂਡ ਸਾਰੇ ਲੀਗਲੀ ਅਸੀਂ ਸਾਰੇ ਐਸਪੈਕਟ ਸਾਰੇ ਸਰ ਦੇ ਗਾਈਡੈਂਸ ਨਾਲ ਡਿਸਕਸ ਕਰਦੇ ਹੋਏ ਅਸੀਂ ਉਹਨੂੰ ਤਿਆਰ ਕਰਕੇ ਉੱਥੇ ਜਿਹੜੀ ਹੈਗੀ ਆ 2018 ਦੇ ਵਿੱਚ ਅਸੀਂ ਜਿਹੜੀ ਹੈਗੀ ਆ ਅਗਸਤ ਤੋਂ 22 ਅਗਸਤ 2018 ਨੂੰ ਜਿਹੜੀ ਹੈਗੀ ਮੈਂ ਖੁਦ ਜਾ ਕੇ ਉੱਥੇ ਜਿਹੜਾ ਉਹ ਜਿਹੜੀ ਰਿਕੁਐਸਟ ਸੀ ਸਰੈਂਡਰ ਰਿਕੁਐਸਟ ਉੱਥੇ ਜਾ ਕੇ ਸਬਮਿਟ ਕੀਤੀ ਵਿਦਿ ਡਿਪਾਰਟਮੈਂਟ ਆਫ ਜਸਟਿਸ ਐਂਡ ਜਿਹੜੀ ਕੋਰਟ ਪ੍ਰोसीडिंग ਸ਼ੁਰੂ ਹੋਈ ਫਿਰ ਲੀਗਲ ਬੈਟਲ ਸ਼ੁਰੂ ਹੁੰਦੀ ਹੈ ਸਮ ਐਡੀਸ਼ਨਲ ਇਨਫੋਰਮੇਸ਼ਨ ਜਿਹੜੀਆਂ ਹੁੰਦੀਆਂ ਨੇ ਉਹ ਹਰ ਵਕਤ ਉਹਨਾਂ ਦੀ ਕਲੈਰੀਫਿਕੇਸ਼ਨਸ ਸਾਡੇ ਕੋਲ ਆਉਂਦੀਆਂ ਸੀ ਅਸੀਂ ਉਹਨਾਂ ਨੂੰ ਅਡਰੈਸ ਕਰਦੇ ਸੀ ਐਂਡ ਜਿਹ ਫਿਰ ਕੋਰਟ ਦੇ ਵਿੱਚ ਜਾਂਦੇ ਆ ਉੱਥੇ ਲੋਅਰ ਕੋਰਟ ਦਾ ਜਿਹੜਾ ਸਟਰਕਚਰ ਹੈਗਾ ਫਿਰ ਉਹ ਉਹਦੇ ਵਿੱਚੋਂ ਅਸੀਂ ਵਿਨ ਕਰਦੇ ਹੈਗੇ ਫਿਰ ਹਾਈ ਕੋਰਟ ਚ ਚਲਾ ਜਾਂਦਾ ਹੈਗਾ ਹਾਈ ਕੋਰਟ ਤੋਂ ਤਾਂ ਇਸ ਕਰਕੇ ਜਿਹੜਾ ਹੈਗਾ ਟਾਈਮ ਜਿਹੜਾ ਹੈਗਾ ਉਹਦੇ ਵਿੱਚ ਬਹੁਤ ਜ਼ਿਆਦਾ ਲੱਗ ਰਿਹਾ ਹੈਗਾ ਸੀ ਐਂਡ ਇਟ ਟੁਕ ਆਲਮੋਸਟ 6 ইয়ারਜ਼ ਜਿਹੜੇ ਹੈਗੇ ਸਾਰੀਆਂ ਪ੍ਰਸੀਡਿੰਗਸ ਉਹ ਜਿਹੜੀਆਂ ਉਹਦੇ ਵਿੱਚ ਲੱਗਦੇ ਹੈਗੇ ਤਾਂ ਉਹਦੇ ਵਿੱਚ ਸਾਨੂੰ ਗਵਰਨਮੈਂਟ ਆਫ ਇੰਡੀਆ ਵੀ ਉਹਦੇ ਵਿੱਚ ਅਸੀਂ ਵੀ ਅਪੀਲ ਦੇ ਵਿੱਚ ਗਿਆ ਇੱਕ ਦੋ ਆਰਡਰਸ ਦੇ ਵਿੱਚ ਕਿਉਂਕਿ ਉਹਦੇ ਵਿੱਚ ਕੁਝ ਸੈਕਸ਼ਨ ਜਿਸ ਤਰ੍ਹਾਂ ਸੀ ਜਿਨ੍ਹਾਂ ਨੂੰ ਲੋਅਰ ਕੋਰਟ ਨੇ ਜਿਹੜਾ ਹੈਗਾ ਪਾ ਕੁਝ ਨੂੰ ਮੰਨ ਲਿਆ ਸੀ ਕੁਝ ਜਿਹੜੀਆਂ ਸੈਕਸ਼ਨਸ ਉਹਨਾਂ ਦੇ ਲਾਅ ਦੇ ਵਿੱਚ ਜਿਹੜੀਆਂ ਹੈਗੀਆਂ ਨਹੀਂ ਆਉਂਦੀਆਂ ਸੀ ਉਹਨਾਂ ਬਟ ਅਸੀਂ ਉਹਨਾਂ ਨੂੰ ਸਟਰੋਂਗਲੀ ਅਪੀਲ ਦੇ ਵਿੱਚ ਜਿਹੜਾ ਹੈਗਾ ਕੰਟੈਸਟ ਕੀਤਾ ਲੀਗਲੀ ਫਾਈਟ ਕੀਤਾ ਐਂਡ ਉਹ ਜਿਹੜੀ ਅ퍼 ਕੋਰਟ ਦੇ ਵਿੱਚ ਜਿਹੜੀ ਹੈ ਕਿ ਸਾਡੀ ਫੇਵਰ ਚ ਆਇਆ ਕਿ ਇਹ ਵਾਲੀਆਂ ਜਿਹੜੀਆਂ ਮੇਨ ਸੈਕਸ਼ਨਸ ਹੈਗੀਆਂ ਇਹ ਉਹਨਾਂ ਦੇ ਲਾਅ ਦੇ ਅਕੋਰਡਿੰਗਲੀ ਫਾਲੋ ਕਰਦੀ ਹੈਗੀ ਤਾਂ देयर ਆਫਟਰ ਜਿਹੜਾ ਹੈਗਾ ਫਾਈਨਲ ਆਰਡਰ ਆਫ ਸਰੈਂਡਰ ਜਿਹੜਾ ਹੈਗਾ ਸੀ ਉੱਥੇ ਜਿਹੜੇ ਉਹਨਾਂ ਦੇ ਆਨਰੇਬਲ ਚੀਫ ਜਿਹੜੇ ਐਗਜ਼ੀਕਿਊਟਿਵ ਅਫੀਸਰ ਹੈਗੇ ਹਾਂਗਕਾਂਗ ਹੈ ਸਪੈਸ਼ਲ ਐਡਮਿਨਿਸਟ੍ਰੇਟਿਵ ਉਹਨਾਂ ਵੱਲੋਂ 6 ਅਗਸਤ ਨੂੰ ਪਾਸ ਕੀਤਾ ਗਿਆ ਸੀ ਤਾਂ ਉਹਦੇ ਵਿੱਚ ਸਾਡੇ ਕੋਲੇ ਜਿਹੜਾ ਹੈਗਾ ਉਹ ਵੀ ਹੈਡ ਓਨਲੀ 30 ਡੇਸ ਕੇ ਦੀ ਕਸਟਡੀ ਨੂੰ ਲੈਣ ਵਾਸਤੇ ਤਾਂ ਉਹਦੇ ਵਿੱਚ ਐਟ ਦੈ ਟਾਈਮ ਸਰ ਵਾਸ ਇਨ ਕੈਨੇਡਾ ਬਟ ਅਸੀਂ ਇਹਨਾਂ ਸਰ ਨਾਲ ਡਿਸਕਸ ਕੀਤਾ ਅਸੀਂ ਸਾਰੇ ਜਿਹੜਾ ਹੈਗਾ ਇਮੀਜਟਲੀ ਆਪਣੀਆਂ ਜਿਹੜੀ ਟੀਮਸ ਤਿਆਰ ਕੀਤੀਆਂ ਤਾਂ ਉਥੋਂ ਜਿਹੜਾ ਹੈਗਾ ਡਿਪਾਰਟਮੈਂਟ ਆਫ ਜਸਟਿਸ ਕਨਸੂਲਟ ਜਨਰਲ ਆਫ ਇੰਡੀਆ ਜਿਹੜਾ ਹੈਗਾ ਸਾਡਾ ਉਥੇ ਆਫਿਸ ਹੈਗਾ ਮਿਸ਼ਨ ਐਟ ਹਾਂਗਕਾਂਗ ਹੈਗਾ ਉਹਨਾਂ ਵੱਲੋਂ ਬਹੁਤ ਜ਼ਿਆਦਾ ਹੀ ਸਾਡੇ ਇਦੇ ਵਿੱਚ ਜਿਹੜੀ ਹੈਗੀ ਆ ਸਪੋਰਟ ਰਹੀ ਹੈਗੀ ਤਾਂ ਉਹਨਾਂ ਨੇ ਸਾਡਾ ਜਿਹੜਾ ਹੈਗਾ ਕੇਸ ਨੂੰ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਹੈਗਾ ਕੰਟੈਸਟ ਕੀਤਾ ਐਂਡ ਪ੍ਰੈਜ਼ੈਂਟ ਕੀਤਾ ਐਂਡ ਪਲੱਸ ਜਿਹੜੀ ਹੈਗੀ ਸਾਨੂੰ ਹਰ ਜਿਹੜੀ ਹੈਗੀ ਸਪੋਰਟ ਕੀਤੀ ਤਾਂ ਇਹਦੇ ਵਿੱਚ ਜਿਹੜੀ ਸਾਡੀ ਸਕਸੈਸ ਦਾ ਜਿਹੜਾ ਮੇਨ ਐਕਸਟਰਾਡੀਸ਼ਨ ਦਾ ਜਿਹੜਾ ਹੈਗਾ ਸਕਸੈਸ ਦੀ ਜਿਹੜੀ ਸਟੋਰੀ ਇਹ ਹੈਗੀ ਹੈ ਕਿ ਇਹ ਸਾਡੀ ਜਿਹੜੀ ਟੀਮ ਹੈਗੀ ਆ ਅਸੀਂ ਮਿਸਟਰ ਗਰਮੀਤ ਜਹਾਨ ਮਿਸਟਰ ਵਿਕਰਮ ਐਂਡ ਮੀ ਅਸੀਂ ਜਿੱਥੇ-ਜਿੱਥੇ ਵੀ ਰਹੇ ਬਟ ਇਸ ਕੇਸ ਨੂੰ ਅਸੀਂ लगातार ये बड़ा इंटरेस्टिंग है जरा यही मेरा सवाल सी का, क्योंकि दो हजार सोलह एपीसोड होगा दो हजार सोलह ही लगातार पहला ओकू टीम और बड़ा इंटरेस्टिंग है पंकज के सर चेंज हो गए एस एस पी तरन तारण रहे चेंज हो गए वक् जी पोस्टिंग होगी डिप्टी साहब ए जी टी एफ हो गए लेकिन टीम वर्क अपना भी काम करते रहे ਸਰ ਆਮ ਰਾਈਟ ਬਿਲਕੁਲ ਔਰ ਇਹ ਜਿਹੜੀ ਚੀਜ਼ ਚੱਲ ਰਹੀ ਸੀ ਨਾਲ ਦੇ ਨਾਲ ਕਿਉਂਕਿ ਬਹੁਤ ਇੰਪੋਰਟੈਂਟ ਇਸ਼ੂ ਸੀਗਾ ਔਰ ਲਗਾਤਾਰ ਦੇ ਵਿੱਚ ਕੰਮ ਕਰ ਰਹੇ ਸੀਗਾ ਲੇਕਿਨ ਇਹਨਾਂ ਨੇ ਪੂਰਾ ਟੀਮ ਵਰਕ ਕਰਕੇ ਯਾਨੀ ਕਿ ਕਿਸੇ ਵੀ ਡਿਪਾਰਟਮੈਂਟ ਚ ਤੁਸੀਂ ਉਹ ਵੀ ਦੇਖਣਾ ਨਾਲ ਦੇ ਨਾਲ ਇਸ ਜਿਹੜਾ ਜਿਹੜਾ ਵੀ ਵਰਕ ਹੈਗਾ ਜਿੱਦਾਂ ਸਰ ਨੇ ਪੂਰਾ ਡਿਟੇਲ ਚ ਦੱਸਿਆ ਪੂਰਾ ਇਹਦੇ ਵਿੱਚ ਵੀ ਵਰਕ ਕੀਤਾ ਕਹਿ ਸਕਦੇ ਇੱਕ ਵੱਡੀ ਮਿਸਟਰ ਚੋਹਾਨ ਇਹਦੇ ਚ ਇੱਕ ਚੀਜ਼ ਹੋਰ ਹੈ ਕਿਉਂਕਿ ਪੰਜਾਬ ਚ ਕੋਈ ਕੇਸ ਹੋਵੇ ਤਾਂ ਉਥੋਂ ਦੇ ਐਸਐਸਪੀ ਨਾਲ ਗੱਲ ਕਰਨੀ ਜਾਂ ਉਥੋਂ ਦੇ ਕਮਿਸ਼ਨਰ ਨਾਲ ਗੱਲ ਕਰਨੀ ਇੱਕ ਸੌਖਾ ਪ੍ਰੋਸੈਸ ਹੁੰਦਾ ਹੈ ਦੇਸ਼ ਚ ਹੋਵੇ ਥੋੜਾ ਜਿਹਾ ਔਖਾ ਹੋ ਜਾਂਦਾ ਹੈ ਲੇਕਿਨ ਜਦੋਂ ਦੂਸਰੇ ਮੁਲਕ ਜਾਂਦੇ ਹੋ ਪੰਜਾਬ ਸਰਕਾਰ ਦੇ ਨਾਲ ਕਿਵੇਂ ਤੁਸੀਂ ਟਿਊਨਿੰਗ ਕੀਤੀ ਕਿ ਸਾਨੂੰ ਚਾਹੀਦੀ ਐਮਰਜੈਂਸੀ ਜਾਣਾ ਪਏਗਾ ਸਾਨੂੰ ਪਾਸਪੋਰਟ ਇਸ ਤਰੀਕੇ ਨਾਲ ਚਾਹੀਦਾ ਜਾਂ ਸਾਡਾ ਇੰਨਾ ਖਰਚਾ ਹੋਏਗਾ ਕਿਉਂਕਿ ਉਮੂਮਨ ਜਦੋਂ ਪੁਲਿਸ ਦੇ ਇਹ ਕਲੇਮ ਹੁੰਦੇ ਨੇ ਕਿ ਅਸੀਂ ਕੇਸ ਤਾਂ ਬੜੀ ਸੌਖੇ ਤਰੀਕੇ ਨਾਲ ਸੋਲਵ ਕਰ ਲੀਏ ਸਾਡਾ ਬਜਟ ਹੀ ਨਹੀਂ ਅਪਰੂਵ ਹੁੰਦਾ ਸਾਨੂੰ ਉਸ ਤਰੀਕੇ ਨਾਲ ਮਨਜ਼ੂਰੀ ਨਹੀਂ ਮਿਲਦੀ ਸਾਨੂੰ ਕਈ ਵਾਰ ਜਿਹੜਾ ਲਾਈਟਲੀ ਲੈ ਲਿਤਾ ਜਾਂਦਾ ਹੈ ਜਾਂ ਸਾਡੀ ਫਾਈਲ ਹੀ ਨਹੀਂ ਅੱਗੇ ਤੁਰਦੀ ਤਾਂ ਇਸ ਦੇ ਵਿੱਚ ਕਿਵੇਂ ਤੁਹਾਡਾ ਇਹ ਸਾਰਾ ਰਹਿ ਗਿਆ ਇਹ ਇਨਸੀਡੈਂਟ ਜਿਹੜਾ ਸੀਗਾ ਇਹ ਪੰਜਾਬ ਪੁਲਿਸ ਵਾਸਤੇ ਇੱਕ ਬਹੁਤ ਵੱਡਾ ਚੈਲੰਜ ਸੀ ਪੰਜਾਬ ਪੁਲਿਸ ਤੇ ਇੱਕ ਜਿਹਨੂੰ ਕਹਿ ਦੋਗੇ ਕਿ ਹਿਸਟਰੀ ਦੇ ਵਿੱਚ ਕਦੇ ਵੀ ਇਹੋ ਜਿਹਾ ਵੱਡੇ ਇਨਸੀਡੈਂਟ ਨਹੀਂ ਹੋਇਆ ਸੀਗਾ ਤੇ ਉਹਨੂੰ ਇੱਕ ਐਜ਼ ਅ ਚੈਲੰਜ ਕਿ ਵੀ ਅਸੀਂ ਇਹਨੂੰ ਸਾਰਿਆਂ ਨੂੰ ਸਾਰੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਅਸੀਂ ਜਸਟਿਸ ਦੇ ਵਿੱਚ ਲੈ ਕੇ ਆਉਣਾ ਤੇ ਉਹਨਾਂ ਨੂੰ ਸਜ਼ਾਵਾ ਕਰਾਉਣੀਆਂ ਨੇ ਇਨਸੀਡੈਂਟਲੀ ਸੈਕੰਡ ਫੈਕਟ ਜਿਹੜਾ ਇਹ ਹੈਗਾ ਕਿ ਜੋ ਉਹਨੂੰ ਅਸੀਂ ਇੱਕ ਵਿਕਾਰ ਦਾ ਜਿਹੜਾ ਸਵਾਲ ਬਣਾਇਆ ਸੀ ਪੰਜਾਬ ਪੁਲਿਸ ਦੀ ਇੱਜ਼ਤ ਦਾ ਸਵਾਲ ਹੈ ਕਿ ਅਸੀਂ ਇਹਨੂੰ ਲੜੇਗਾ ਇਹਨੂੰ ਅਸੀਂ ਰਿਸਟੋਰ ਦੀ ਗਲੋਰੀ ਆਫ ਪੰਜਾਬ ਪੁਲਿਸ ਕਿ ਵੀ ਇਹ ਏਡਾ ਕਦੇ ਨਾ ਕਿਸੇ ਨੇ ਕੀਤਾ ਤੇ ਨਾ ਹੀ ਅੱਗੇ ਵਾਸਤੇ ਹਾਂ ਮਤਲਬ ਜੇਲ ਬ੍ਰੇਕ ਹੋਈ ਐ ਤੋਂ ਚੰਡੀਗੜ੍ਹ ਦੇ ਬੜੇ ਜੇਲ ਬ੍ਰੇਕ ਹੋਈ ਸੀ ਇਤਾਰ ਹਵਾਰਾ ਕਹਿੰਗੇ ਕਿ ਫੋਰਨ ਤੋਂ ਲਿਆਣਾ ਹੋਵੇ ਫਸਟ ਹੈ ਕਿਉਂਕਿ ਪਹਿਲਾ ਬੁੱਢਾ ਨੂੰ ਲਿਆਂਦਾ ਗਿਆ ਸੀ ਕੁਝ ਇਹਦੇ ਬੜੇ ਰੇਅਰ ਇਨਸੀਡੈਂਟ ਹੁੰਦੇ ਉਹ ਮੈਂ ਉੱਥੇ ਆਉਣਾ ਹੈ ਸੈਕੰਡਲੀ ਸੋ ਸੈਕੰਡ ਦੇ ਵਿੱਚ ਜਿਹੜੀ ਇੰਪੋਰਟੈਂਟ ਫੈਕਟਰ ਇਹ ਸੀਗਾ ਕਿ ਜਿਹੜੇ ਸਾਡੇ ਪ੍ਰੈਜ਼ੈਂਟ ਡੀਜੀ ਨੇ ਮਿਸਟਰ ਗੌਰਵ ਜੱਧਵ ਇਹ ਉਸ ਟਾਈਮ ਤੇ ਡੀਜੀ ਇੰਟੈਲੀਜੈਂਸ ਸੀਗੇ ਉਹਨਾਂ ਦਾ ਵੀ ਇਹ ਪਰਸਨਲ ਵਕਾਰ ਸੀ ਫੇਰ ਜਿਹੜਾ ਹੈਗਾ ਥਰਡ ਜਿਹੜੀ ਸਾਨੂੰ ਜਿਹੜੀ ਸਭ ਤੋਂ ਇੰਪੋਰਟੈਂਟ ਹੈ ਕਿ ਗਵਰਨਮੈਂਟ ਤੋਂ ਜਿਹੜੀ ਸਪੋਰਟ ਦੀ ਤੁਸੀਂ ਗ ਉਹ ਬਿਊਰੋਕ੍ਰੈਟਿਕ ਐਸ ਦੇ ਵਿੱਚ 1% ਵੀ ਹਰਡਲ ਨਹੀਂ ਸੀ ਕਿ ਜਿਸ ਟਾਈਮ ਦੇ ਉੱਤੇ ਡੀਜੀਪੀ ਸਾਹਿਬ ਨੇ ਸੀਮ ਸਾਹਿਬ ਨਾਲ ਗੱਮਨ ਟੇਕ ਅਪ ਕੀਤਾ ਉਹ ਤੁਰੰਤ ਜਿਹੜਾ ਉਹਨਾਂ ਨੇ ਇਹਨਾਂ ਦੀ ਜਿਹੜੀਆਂ ਅਪਰੂਵਲਸ ਮਿਲੀਆਂ ਅਮ ਪੈਸੇ ਸੈਂਕਸ਼ਨ ਹੋਏ ਇਨਕਲੂਡਿੰਗ ਜਿਹੜੀਆਂ ਪਰਮਿਸ਼ਨਸ ਹੁੰਦੀਆਂ ਪੋਲਿਟੀਕਲ ਕਲੀਅਰੈਂਸਸ ਹੁੰਦੀਆਂ ਨੇ ਥੋੜਾ ਜਿਹਾ ਜਿਹੜੇ ਬਿਊਰੋ ਇਹਦੇ ਸਿਸਟਮ ਜਿਹੜਾ ਹੈਗਾ ਇਹਦੇ ਕਲੀਅਰੈਂਸ ਲੈਂਡ ਫੋਰਨ ਟ੍ਰੈਵਲ ਵਾਸਤੇ ਖਾਸ ਕਰਕੇ ਅਫੀਸ਼ੀਅਲਸ ਦੀ ਟ੍ਰੈਵਲ ਵਾਸਤੇ ਕਾਫੀ ਲੈਂਥੀ ਪ੍ਰੋਸੈਸ ਹੈ ਪਰ ਦਾ ਰਿਸਪੌਂਸ ਫ্রম ਦਾ ਗਵਰਨਮੈਂਟ ਐਂਡ ਦਾ ਹੋਮ ਡਿਪਾਰਟਮੈਂਟ ਪੰਜਾਬ ਐਂਡ ਵਾਸ ਵੈਰੀ ਪ੍ਰੌਮਪਟ ਤੇ ਜਿਹਦੇ ਕਰਕੇ ਇਮੀਡੀਏਟਲੀ ਵਿਦਨ 5 ਡੇਸ ਤਕਰੀਬਨ ਜਦੋਂ ਤੋਂ ਇਹ ਪ੍ਰੋਸੈਸ ਇਨੀਸ਼ੀਏਟ ਕੀਤਾ ਤਾਂ ਕਲੀਅਰੈਂਸ ਥਰੂ ਹੋ ਗਈ ਪੈਸੇ ਜਮਾ ਕਰਕੇ ਤੇ ਫਿਰ ਫਰਦਰ ਕਲੀਅਰੈਂਸ ਸਾਨੂੰ ਜਿਹੜੀ ਐਮਈਏ ਤੋਂ ਮਿਲਣੀ ਸੀ ਕਿਸ ਡੇਟ ਦੀ ਉਹ ਇਮੀਡੀਏਟਲੀ ਜਿਹੜੀ ਡੇਟ ਕਲੀਅਰ ਹੋਣ ਤੇ ਜਿਹੜਾ ਹੈਗਾ ਪਾਰਟੀ ਉਥੇ ਡਿਸਪੈਚ ਕਰ ਦਿੱਤੀ ਗਈ ਜਿਹਦੇ ਕਰਕੇ ਜਦੋਂ ਜਾਣਾ ਸੀ ਸੀਐਮ ਮਾਰਨਾ ਗੱਲ ਹੋਈ ਸੀ ਡੀਜੀ ਤੋਂ ਅਪਰੂਵਲ ਤਾਂ ਮਿਲੀ ਹੈ ਨਾ ਡੀਜੀ ਸਾਹਿਬ ਨੇ ਸੀਐਮ ਸਾਹਿਬ ਨਾਲ ਉਹ ਸੀਐਮ ਸਾਹਿਬ ਹੋਮ ਡਿਪਾਰਟਮੈਂਟ ਦੇ ਵੀ ਹੈਗੇ ਨੇ ਤੇ ਵੈਸੇ ਵੀ ਅਦਰਵਾਈਜ਼ ਵੀ ਪੰਜਾਬ ਗਵਰਨਮੈਂਟ ਦਾ ਕੋਈ EMPLOYE ਬਾਹਰ ਜਾਂਦਾ ਹੈ ਜਾਂ ਟੀਮ ਬਾਹਰ ਜਾਂਦੀ ਹੈ ਤਾਂ ਉਹ ਸੀਐਮ ਸਾਹਿਬ ਦੀ ਅਪਰੂਵਲ ਤੋਂ ਨਾਲ ਹੀ ਜਾਂਦੀ ਹੈ ਬਟ ਉਹ ਜਿਹੜਾ ਪ੍ਰੋਂਪਟਨੈਸ ਸੀਗੀ ਉਹ ਦੇ ਕਰਕੇ ਇਹ ਜਿਹੜਾ ਹੈਗਾ ਕਿਉਂਕਿ ਨਹੀਂ ਤਾਂ ਉਹ ਕੱਲ ਨੂੰ ਅਪੀਲ ਵੀ ਕਰ ਸਕਦਾ ਸੀ ਕੋਈ ਹੋਰ ਉੱਥੇ ਲੀਗਲ ਕਿ 30 ਦਿਨ ਸੀਗੇ ਸ਼ਾਇਦ ਤੁਹਾਡੇ ਕੋਲ ਹਾਂਜੀ ਉਹ ਤੋਂ ਬਿਨਾ ਕੋਈ ਲੀਗਲ ਹਿੱਚ ਆ ਜਾਂਦੀ ਹੈ ਬੜੀਆਂ ਬੜੇ ਵਾਰੀ ਇਹ ਹੁੰਦਾ ਹੈ ਕਿ ਲਾਸਟ ਮਿੰਟ ਤੇ ਕੋਈ ਆ ਪ੍ਰੋਬਲਮ ਕਰ ਆਪ ਅਪ ਹੋ ਜਾਂਦੀ ਹੈ ਪਰ ਇਹ ਜਿਹੜਾ ਕਿਉਂਕਿ ਇੰਨਾ ਸਮੂਥ ਸੀਗਾ ਜਿਹਦੇ ਇਸੇ ਕਰਕੇ ਇਹ ਜਿਹੜਾ ਹੈਗਾ ਇਹ ਅੱਜ ਅਸੀਂ ਇਹਨੂੰ ਲਿਆ ਗਏ ਆ ਪਾਏ ਆ ਤੇ ਅੱਜ ਉਹਨੂੰ ਜਸਟਿਸ ਫੇਸ ਕਰਨ ਵਾਸਤੇ ਜੁਡੀਸ਼ੀਅਲ ਚ ਇੱਕ ਚੀਜ਼ ਹੋਰ ਰਹਾ ਕਿਉਂਕਿ ਅੱਜਕੱਲ ਜਿਹੜਾ ਗੈਂਗਸਟਰ ਦਾ ਨੈਟਵਰਕ ਹੈ ਇਹ ਸਿਰਫ ਪੰਜਾਬ ਚ ਨਹੀਂ ਹੈ ਇਹ ਦੇਸ਼ ਭਾਰ ਚ ਨੈਟਵਰਕ ਚੱ ਔਰ ਖਾਸ ਤੌਰ ਤੇ ਕੈਨੇਡਾ ਅਮਰੀਕਾ ਇੰਗਲੈਂਡ ਉੱਥੋਂ ਫੰਡਿੰਗ ਆਣੀ ਜਾਂ ਜਿਵੇਂ ਜਿਵੇਂ ਰੋਮੀ ਕਰ ਰਿਹਾ ਸੀ ਹਾਂਗਕਾਂਗ ਤੋਂ ਰੋਮੀ ਸਿਰਫ ਨਾਬਾ ਜੇਲ ਬ੍ਰੇਕ ਤੱਕ ਹੀ ਸੀ ਜਾਂ ਰੋਮੀ ਅੱਜ ਵੀ ਜਿਹੜੇ ਗੈਂਗਸਟਰ ਨੇ ਪੰਜਾਬ ਦੇ ਵਿੱਚ ਬਹੁਤ ਸਾਰੇ ਐਕਟਿਵ ਨੇ ਉਹਨਾਂ ਨੂੰ ਜੇ ਲੋਜਿਸਟਿਕ ਮੋਹਈਆ ਕਰਵਾਣਾ ਅੱਜ ਵੀ ਰੋਮੀ ਉਸ ਤਰੀਕੇ ਨਾਲ ਕਰ ਰਿਹਾ ਸੀ ਔਰ ਖਾਸ ਤੌਰ ਤੇ ਅੱਜ ਜਿਹੜੇ ਪੰਜਾਬ ਚ ਸਭ ਤੋਂ ਵੱਡਾ ਨਾਮ ਚੱਲਦਾ ਹੈ ਲੋਰੈਂਸ ਬਿਸ਼ਨੋਈ ਦਾ ਕੀ ਰੋਮੀ ਤੇ ਲੋਰੈਂਸ ਬਿਸ਼ਨੋਈ ਆ ਰੋਮੀ ਤੇ ਗੋਲਡੀ ਬਰਾੜ ਦਾ ਕੋਈ ਕਨੈਕਸ਼ਨ ਹੈ ਆਪਸ ਵਿੱਚ ਨਿੱ ਪਹਿਲੀ ਗੱਲ ਤਾਂ ਮੈਂ ਕਲੀਅਰ ਕਰ ਦਿੰਨਾ ਹੈ ਕਿ ਰੋਮੀ 2018 ਤੋਂ ਡਿਟੈਂਸ਼ਨ ਚ ਹੈ ਇਹ ਹਾਂਗਕਾਂਗ ਦੀ ਜੇਲ੍ਹ ਦੇ ਵਿੱਚ ਹੈਗਾ ਸੋ ਇਹਦਾ ਕੋਈ ਵੀ ਐਕਟਿਵ ਉਸ 18 ਤੋਂ ਲੈ ਕੇ ਹੁਣ ਤੱਕ ਜਿਹੜੀ ਹੈਗੀ ਹੈ ਜਦਨੇ ਚਰਕਸਟੜੀਤ ਰਿਹਾ ਸਾਡੇ ਕੋਲੇ ਕੋਈ ਐਕਟੀਵਿਟੀ ਇਹਦੀ ਡਾਇਰੈਕਟ ਨਹੀਂ ਇਹਦਾ ਕਿਤੇ ਕਨੈਕਸ਼ਨ ਸਾਹਮਣੇ ਆਇਆ ਬਾਕੀ ਜਿਹੜੀ ਸਾਡੇ ਹਾਲੇ ਤੱਕ ਸਾਡੇ ਕੋਲੇ ਜਿਹੜੀ ਇਨਫੋਰਮੇਸ਼ਨ ਹੈ ਜਿਹੜੀ ਤੁਸੀਂ ਦੂਸਰੀ ਗੱਲ ਕਰ ਰਹੇ ਹੋ ਕਿ ਬਾਕੀ ਜਿਹੜੇ ਇਹਨਾਂ ਦੇ ਗੈਂਗਸ ਨੇ ਲੋਰੈਂਸ ਬਿਸ਼ਨੋਈ ਤੇ ਇਹਨਾਂ ਦੇ ਜਿਹੜੇ ਗੋਲਡੀ ਬ੍ਰਾਂਡ ਨਾਲ ਉਹ ਇਹਨਾਂ ਦਾ ਕੋਈ ਕਨੈਕਸ਼ਨ ਨਹੀਂ ਹੈਗਾ ਆਪਸ ਦੇ ਵਿੱਚ ਇਨਫੈਕਟ ਇਹ ਰਾਈਵਲ ਨੇ ਇੱਕ ਦੂਜੇ ਦੇ ਉਹ ਸ਼ੇਰਾ ਖੋਪਨ ਗਰੁੱਪ ਜਿਹੜਾ ਸੋ ਕਾਲਡ ਬਣਿਆ ਹੋਇਆ ਸੀਗਾ ਤੇ ਇਹ ਲਾਰੈਂਸ ਬਿਸ਼ਨੋਈ ਗਰੁੱਪ ਜਿਹੜਾ ਹੈਗਾ ਉਸ ਤੋਂ ਬਾਅਦ ਪ੍ਰੋਮਿਨੈਂਸ ਤੇ ਆਉਂਦਾ ਉਹ ਉਦੋਂ ਬਿਲਕੁਲ ਇੱਕ ਮਾਈਨਰ ਕ੍ਰਿਮੀਨਲ ਗੈਂਗ ਸੀਗਾ ਸੋ ਜਿਹੜੀ ਇੱਕ ਹੋਰ ਇਹਦੇ ਨਾਲ ਮੈਂ ਰੀਟ੍ਰੇਟ ਕਰਾਂਗੇ ਪੰਜਾਬ ਪੁਲਿਸ ਡੀਜੀਪੀ ਸਾਹਿਬ ਦੀਆਂ ਜਿਹੜੀਆਂ ਸਾਡੀਆਂ ਡਾਇਰੈਕਸ਼ਨਸ ਨੇ ਤੇ ਜਿਹੜੀ ਸਾਡੀ ਕਮਿਟਮੈਂਟ ਹੈ ਕਿ ਜਿਹੜੇ ਵੀ ਬਾਹਰ ਬੈਠੇ ਨੇ ਗੈਂਗਸਟਰ ਇਸ ਮੈਸੇਜ ਜਿਹੜਾ ਰੋਮੀ ਨੂੰ ਉੱਥੋਂ ਲੈ ਕੇ ਆਉਣ ਨਾਲ ਇੱਕ ਬੜਾ ਅਸੀਂ ਮੈਸੇਜ ਸਟਰੋਂਗ ਮੈਸੇਜ ਭੇਜਿਆ ਕਿ ਅਸੀਂ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਡੀਜੀਪੀ ਸਾਹਿਬ ਆਪ ਖੁਦ ਤੇ ਗਵਰਨਮੈਂਟ ਵੱਲੋਂ ਵੀ ਪਰਸੂ ਕੀਤਾ ਜਾ ਰਿਹਾ ਹੈ ਵਿਦ ਡਿਫਰੈਂਟ ਲੈਵਲ ਤੇ ਕਿਉਂਕਿ ਕਈ ਵਾਰੀ ਜਿਹੜੀਆਂ ਦੂਸਰੀਆਂ ਗਵਰਨਮੈਂਟਸ ਨਾਲ ਡੀਲ ਕਰਨਾ ਉਹਨਾਂ ਦੇ ਲਾਜ਼ ਉਹਨਾਂ ਦੇ ਰੂਲਸ ਉਹਨਾਂ ਦੀਆਂ ਰੈਗੂਲੇਸ਼ਨਸ ਮੁਤਾਬਕ ਕਰਨਾ ਪੈਂਦਾ ਮਨੋਜੀ ਕਿਉਂਕਿ ਇਹਦੇ ਵਿੱਚ ਇੱਕ ਇਹ ਵੀ ਹੈ ਗੋਲਡੀ ਬਰਾਡ ਨੂੰ ਲੈ ਕੇ ਬਹੁਤ ਸਾਰਾ ਜ਼ਿਕਰ ਹੁੰਦਾ ਹੈ ਕਿ ਉਹ ਕੀ ਪੰਜਾਬ ਆ ਸਕਦਾ ਹੈ ਕਿ ਉੱਥੇ ਉੱਥੋਂ ਦਾ ਪੰਜਾਬ ਪੁਲਿਸ ਦਾ ਹੱਥ ਜਾ ਸਕਦਾ ਹੈ ਕਿਉਂਕਿ ਵਿਦੇਸ਼ਾਂ ਤੋਂ ਲਿਆਣਾ ਕਹਿੰਦੇ ਦੋ ਦੋ ਸਰਕਾਰਾਂ ਜਦੋਂ ਸੈਂਟਰ ਸਰਕਾਰ ਦੇ ਨਾਲ ਉੱਥੋਂ ਦੀ ਸਰਕਾਰ ਦੇ ਜਿਹੜੇ ਰੂਲ ਤੁਸੀਂ ਵੀ ਜ਼ਿਕਰ ਕੀਤਾ ਗੋਲਡੀ ਬਰਾਡ ਵੀ ਲਿਆ ਜਾ ਸਕਦਾ ਹੈ ਬਿਲਕੁਲ ਬਿਲਕੁਲ ਸੰਭਵ ਹੈ ਜੀ ਸਾਡੀ ਹਰ ਸੰਭਵ ਜਿਹੜੀ ਕੋਸ਼ਿਸ਼ ਹਰ ਪ੍ਰਯਾਸ ਜਿਹੜਾ ਹੈਗਾ ਜਾਰੀ ਹੈ ਤੇ ਸਾਨੂੰ ਉਮੀਦ ਹੈ ਅਸੀਂ ਇਹ ਹਰ ਲੈਵਲ ਤੇ ਜਿਹੜਾ ਇਹ ਮੈਟਰ ਟੇਕ ਅਪ ਕੀਤਾ ਜਾ ਚੁੱਕਿਆ ਹੈ ਐਮਆ ਦੇ ਥਰੂ ਥਰੂ ਇੰਟਰਪੋਲ ਥਰੂ ਸਮ ਅਦਰ ਜਿਹੜੇ ਹੈਗੇ ਨੇ ਜਿਹੜੀਆਂ ਫੋਰਨ ਗਵਰਨਮੈਂਟਸ ਨੇ ਉਹਨਾਂ ਦੀਆਂ ਪੁਲਿਸ ਫੋਰਸਸ ਨੇ ਉਹ ਵੀ ਰੈਗੂਲਰਲੀ ਇਨ ਟੱਚ ਨੇ ਉਹਨਾਂ ਦੇ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਕਈ ਵਾਰੀ ਕਈ ਮੁਸ਼ਕਲਾਂ ਤਾਂ ਹੈਗੀਆਂ ਨੇ ਜਿਹੜੀਆਂ ਉਹਨਾਂ ਦੀਆਂ ਗਵਰਨਮੈਂਟਸ ਨੂੰ ਉਸ ਆਪਣੇ ਲੈਵਲ ਤੇ ਕੀ ਹੈਗੇ ਆ ਜਾਂ ਕਿਵੇਂ ਉਹਨਾਂ ਨੂੰ ਟਰੈਕ ਕਰਦੇ ਆ ਕਿਉਂਕਿ ਆਰਸੀਐਨ ਜਾਰੀ ਹੋਇਆ ਹੋਇਆ ਇੰਟਰਪੋਲ ਦਾ ਨੋਟਿਸ ਜਾਰੀ ਹੋਇਆ ਹੋਇਆ ਗੋਲਡੀ ਬਰਾਡ ਦਾ ਵੀ ਹੋਇਆ ਬਾਕੀਆਂ ਦਾ ਵੀ ਹੋਇਆ ਇੰਟਰਪੋਲ ਨੇ ਉਹਨਾਂ ਨੂੰ ਜਿਹੜੀਆਂ ਜਿਹੜੀ ਕੰਟਰੀਜ਼ ਵੀ ਦਿਖਦਾ ਜਾਂ ਮਿਲਦਾ ਉਹਨੂੰ ਉੱਥੇ ਡਿਟੇਨ ਕਰਨਾ ਡਿਟੇਨ ਕਰਨ ਤੋਂ ਬਾਅਦ ਸਾਡਾ ਰੋਲ ਸ਼ੁਰੂ ਹੁੰਦਾ ਹੈ ਕਿ ਅਸੀਂ ਉਹਨਾਂ ਦੀਆਂ ਕੋਰਟਸ ਦੇ ਵਿੱਚ ਅਸੀਂ ਆਪਣਾ ਕੇਸ ਪਰਸੂ ਕਰਨਾ ਹਲੇ ਤੱਕ ਉਹਦੀ ਡਿਟੈਂਸ਼ਨ ਨਹੀਂ ਹੋਈ ਉਹ ਸਾਡੇ ਹੱਥ 'ਚ ਨਹੀਂ ਹੈ ਉਹ ਇੰਟਰਪੋਲ ਦੇ ਹੈ ਜਾਂ ਆਫਟਰ ਡਿਟੈਂਸ਼ਨ ਹੀ ਤੁਸੀਂ ਆਪਣਾ ਕੇਸ ਅਸੀਂ ਕਰ ਸਕਦੇ ਹਾਂ ਸੋ ਇੰਟਰਪੋਲ ਦੀਆਂ ਮਤਲਬ ਗਵਰਨਮੈਂਟ ਆਫ ਇੰਡੀਆ ਦੀਆਂ ਸੌਰੀ ਗਵਰਨਮੈਂਟ ਆਫ ਇੰਡੀਆ ਨੇ ਐਮਆ ਨੇ ਟੇਕ ਅਪ ਕੀਤਾ ਹੋਇਆ ਹੈ ਵਿਦ ਇੰਟਰਪੋਲ ਐਂਡ ਅਦਰ ਏਜੰਸੀਜ਼ ਕਿ ਵੀ ਜਿੱਥੇ ਵੀ ਕਿਤੇ ਉਹ ਲੋਕੇਟ ਹੁੰਦਾ ਉਹਨੂੰ ਆਈਡੈਂਟੀਫਾਈ ਮਤਲਬ ਇਹ ਨਹੀਂ ਆ ਕਿ ਸਾਡੇ ਵੱਲੋਂ ਕਿਸੇ ਕਰਦੀ ਕਿਸੇ ਚੀਜ਼ ਦੀ ਕੋਈ ਕਮੀ ਹੈ ਕਿ ਅਸੀਂ ਉਹਨੂੰ ਉੱਥੇ ਫਲਾਣੇ ਤਾਂ ਬੈਠਾ ਤੇ ਅਸੀਂ ਲੈ ਕੇ ਨਹੀਂ ਆ ਰਹੇ ਕਈ ਵਾਰੀ ਇਹ ਆਮ ਤੌਰ ਤੇ ਇਸ ਸਮਝਣ ਦੇ ਵਿੱਚ ਲੋਕਾਂ ਨੂੰ ਇਸ ਗੱਲ ਦੇ ਵਿੱਚ ਬੜੀ ਮਤਲਬ ਅੰਝ ਸਮਝ ਨਹੀਂ ਸਕਦੇ ਕਿ ਜਿਹੜੇ ਇਹਦੇ ਪ੍ਰੋਸੀਜਰ ਨੇ ਬੜੇ ਲੈਂਥੀ ਤੇ ਕੰਪਲੈਕਸ ਨੇ ਗੁਰਬੀਸ਼ਰ ਇੱਕ ਹੋਰ ਸਵਾਲ ਹੈ ਪੰਕਜ ਬੜਾ ਅਹਿਮ ਕਿਉਂਕਿ ਜਿੱਦਾਂ ਪਿਛਲੀ ਵਾਰ ਵੀ ਤੁਸੀਂ ਕਈ ਫੜੇ ਨੇ ਪਾਸਪੋਰਟ ਫਰਜੀ ਬਣਾ ਕੇ ਇਥੋਂ ਲੱਗਦਾ ਇਹ ਵੀ ਇਮੀਗ੍ਰੇਸ਼ਨਸ ਨੂੰ ਲੈ ਕੇ ਵੀ ਤੁਸੀਂ ਪਿਛਲੇ ਵੀ ਟਾਈਮ ਵੀ ਕਾਫੀ ਸਿਕੰਜਾ ਕਸਿਆ ਉਸ ਨੂੰ ਲੈ ਕੇ ਵੀ ਏਜੀਟੀਫ ਪੰਜਾਬ ਪੁਲਿਸ ਕੰਮ ਕਰ ਰਹੀ ਹੈ ਕਿ ਜਿਹੜੇ ਵੀ ਬੈਡ ਅਨਸਰ ਹੈ ਉਹ ਬੜੀ ਵਾਰਦਾਤ ਨੂੰ ਅੰਜਾਮ ਦੇ ਕੇ ਪਹਿਲਾਂ ਵੀ ਗਏ ਨੇ ਅਨਮੋਲ ਬਿਸ਼ਨੋਈ ਦੀ ਅਸੀਂ ਗੱਲ ਕਰ ਲਈਏ ਹੋਰ ਵੀ ਜਿਹੜੇ ਨੇ ਉਹ ਫੇਕ ਪਾਸਪੋਰਟ ਬਣਾ ਕੇ ਉਹਨੂੰ ਲੈ ਕੇ ਵੀ ਕੋਈ ਇਸ ਤਰ੍ਹਾਂ ਦਾ ਰੂਲ ਜਿਹੜਾ ਹੈ ਜਾਂ ਇਸ ਤਰ੍ਹਾਂ ਦਾ ਕੋਈ ਪ੍ਰੋਸੈਸ ਬਣਾਇਆ ਜਾ ਰਿਹਾ ਹੈ ਕਿ ਕੋਈ ਫੇਕ ਪਾਸਪੋਰਟ ਬਣਾ ਕੇ ਕਿਉਂਕਿ ਬਹੁਤ ਅਹਿਮ ਹੋ ਜਾਂਦਾ ਹੈ ਕਿ ਇਸ ਤਰ੍ਹਾਂ ਦੇ ਫੇਕ ਪਾਸਪੋਰਟ ਪੈਸੇ ਦੇ ਕੇ ਕਿਉਂਕਿ ਪਿਛਲੇ ਦਿਨਾਂ ਜ਼ੀਰਕਪੁਰ ਦੇ ਵਿੱਚ ਵੀ ਇੱਕ ਪੁਲਿਸ ਆਫ ਜਿਹੜੀ ਹੈਗੀ ਪੁਲਿਸਮੈਨ ਦੇ ਵੀ ਇਨਵੋਲਵਮੈਂਟ ਸਾਹਮਣੇ ਆਈ ਸੀ ਉਸ ਨੂੰ ਲੈ ਕੇ ਵੀ ਕੁਝ ਜਿਹੜਾ ਕੰਮ ਕੀਤਾ ਜਾ ਰਿਹਾ ਹੈ ਸਰ ਬਿਲਕੁਲ ਜਿਹੜਾ ਤੁਸੀਂ ਹੈ ਸਾਡੇ ਵਾਸਤੇ ਇਹੋ ਵੀ ਛੋਟੀਆਂ-ਛੋਟੀਆਂ ਜਿਹੜੀਆਂ ਅਸੀਂ ਡਿਊਰਨਿਕ ਕੋਰਸ ਐਕਸਟਰਾ ਲੂਪ ਹੋਲਸ ਦਾ ਐਡਵਾਂਟੇਜ ਲੈ ਕੇ ਇਹ ਬਾਹਰ ਭੱਜਣ ਦੇ ਵਿੱਚ ਕਾਮਯਾਬ ਹੋ ਜਾਂਦੇ ਆ ਜਿਹੜਾ ਤੁਸੀਂ ਅਨਮੋਲ ਬਿਸ਼ਨੋਈ ਦੀ ਗੱਲ ਕਰ ਰਹੇ ਹੋ ਸਚਿਨ ਥੱਪਨ ਦੀ ਗੱਲ ਕਰ ਰਹੇ ਹੋ ਜਾਂ ਜਿਹੜੇ ਕੋਈ ਵੀ ਇਸ ਟਾਈਪ ਦੇ ਇਹਦੇ ਨਾਲ ਕਨੈਕਟਡ ਸੀਗੇ ਗੈਂਗਸਟਰ ਸੁਖਪਿਕ ਹਰੀਵਾਲ ਉਹ ਇਹ ਸਾਰਿਆਂ ਦੀ ਅਸੀਂ ਸਾਡੀਆਂ ਇਨਪੁਟਸ ਨੇ ਕਿ ਅਸੀਂ ਇਹਨਾਂ ਦੀਆਂ ਇਨਪੁਟਸ ਸੈਂਟਰਲ ਏਜੰਸੀਜ਼ ਨੂੰ ਸ਼ੇਅਰ ਕਰਦੀਆਂ ਕਿ ਇਹ ਫਲਾਨਾ ਬੰਦਾ ਸਾਨੂੰ ਇਨਵੈਸਟੀਗੇਸ਼ਨ ਚੋਂ ਪਤਾ ਲੱਗ ਗਿਆ ਕਿ ਇਹ ਇਹ ਫਲਾਨੀ ਥਾਂ ਤੋਂ ਪਾਸਪੋਰਟ ਬਣਾ ਕੇ ਐਸ ਨਾਮ ਤੇ ਗਿਆ ਜਿਹੜਾ ਸਚਿੰਤ ਥੱਪਨ ਦੀ ਪਹਿਲੀ ਇਨਫੋਰਮੇਸ਼ਨ ਜਦੋਂ ਸਿੱਧੂ ਮੂਸੇਵਾਲੇ ਕੇਸ ਦੇ ਵਿੱਚ ਸਾਡੇ ਕੋਲ ਸਾਹਮਣੇ ਆਇਆ ਸੀ ਅਸੀਂ ਸ਼ੇਅਰ ਕੀਤੀਆਂ ਸੈਂਟਰਲ ਏਜੰਸੀ ਨਾਲ ਉਸ ਤੋਂ ਬਾਅਦ ਸੈਂਟਰਲ ਏਜੰਸੀਜ਼ ਨੇ ਉਹ ਫਾਲੋਅ ਅਪ ਕਰਕੇ ਉਹਦਾ ਪਾਸਪੋਰਟ ਲੈ ਕੇ ਉਹਦੀ ਮੂਵਮੈਂਟ ਟਰੈਕ ਕੀਤੀ ਕਰਕੇ ਫਿਰ ਉਹਨੂੰ ਬਾਹਰੋਂ ਉੱਥੋਂ ਲੈ ਕੇ ਆਂਦਾ ਸੋ ਕੰਟੀਨਿਊਸਲੀ ਸਾਡੇ ਐਫਰਟ ਜਾਰੀ ਹੈ ਜਿਹੜੀ ਇਹ ਵਾਲਾ ਜਿਹੜਾ ਲੂਪ ਹੋਲ ਹੈ ਇਹਦੇ ਬਾਰੇ ਹਾਈਲਾਈਟ ਕੀਤਾ ਹੈ ਡੀਜੀਪੀ ਸਾਹਿਬ ਨੇ ਆਪਣੇ ਹਾਈਐਸਟ ਲੈਵਲ ਤੇ ਗਵਰਨਮੈਂਟ ਆਫ ਇੰਡੀਆ ਨਾਲ ਵੀ ਟੇਕ ਅਪ ਕੀਤਾ ਜਾ ਚੁੱਕਿਆ ਹੈ ਅਸੀਂ ਵੀ ਇਸ ਵਾਲੇ ਜਿਹੜਾ ਹੈਗਾ ਆਪਣੇ ਇਨਪੁਟਸ ਸ਼ੇਅਰ ਕੀਤੇ ਨੇ ਤੇ ਗਵਰਨਮੈਂਟ ਇਸ ਬਾਰੇ ਸੀਰੀਅਸ ਹੈ ਕਿ ਵੀ ਇਹਨੂੰ ਕਿਸੇ ਤਰੀਕੇ ਨਾਲ ਜਿਹੜੇ ਕ੍ਰਿਮੀਨਲਸ ਨੇ ਉਹ ਆਪਣੇ ਪਾਸਪੋਰਟ ਨਾ ਬਣਾ ਪਾਉਣ ਬਾਹਰ ਨਾ ਆ ਪਾਉਣ ਚੌਂਕ ਦੇ ਵਿੱਚ ਇੱਕ ਇੱਕ ਇਹ ਵੀ ਹੈ ਕਿ ਹੁਣ ਇਹ ਵਾਪਸ ਨਾਬਾ ਜੇਲ ਚਲਾ ਗਿਆ ਕੀ ਨਾਬਾ ਜੇਲ ਤੋਂ ਸ਼ੁਰੂਆਤ ਨਾਬਾ ਜੋ ਨਾਬਾ ਜੇਲ ਐ ਇਸ ਵੇਲੇ ਹੁਣ ਅੱਗੇ ਤੁਸੀਂ ਰਿਮਾਂਡ ਤੇ ਨਹੀਂ ਲਿਆ ਕਿ ਅੱਗੇ ਕਿਸ ਤਰੀਕੇ ਨਾਲ ਪੁੱਛਗਿੱਛ ਹੋਏਗੀ ਅੱਗੇ ਕੀ ਕੁਝ ਪ੍ਰੋਸੈਸ ਜਿਹੜਾ ਵਾ ਉਹ ਤੁਹਾਡਾ ਰਹਿਣ ਵਾਲਾ ਹੈ ਕਿਸ ਤਰੀਕੇ ਨਾਲ ਹੁਣ ਪੰਜਾਬ ਦੀ ਭਾਰਤ ਦੀ ਕਾਨੂੰਨ ਮੁਤਾਬਕ ਸਜ਼ਾ ਹੋ ਸਕਦੀ ਕਿੰਨੀ ਸਜ਼ਾ ਹੋ ਸਕਦੀ ਕਿਹੜੇ ਕਿਹੜੇ ਕੇਸ ਦੇ ਵਿੱਚ ਸਜ਼ਾ ਹੋ ਸਕਦੀ ਕਿ ਨਾਬਾ ਜੇਲ ਬ੍ਰੇਕ ਹੀ ਆ ਜਾਂ ਹੋਰ ਵੀ ਕੇਸ ਨੇ ਅਸੀਂ ਇਹਦੇ ਤੇ ਜਿਹੜੇ ਦੋ ਮੇਨ ਕੇਸ ਨੇ ਜਿਹੜੇ ਜਿਨ੍ਹਾਂ ਦੇ ਵਿੱਚ ਇਹਦੀ ਐਕਸਟ੍ਰੀਸ਼ਨ ਹੋਈ ਆ ਕਿਉਂਕਿ ਜਦੋਂ ਇਹਨਾਂ ਦੀ ਜਿਹੜਾ ਜੋ ਡਾਕੂਮੈਂਟੇਸ਼ਨ ਅਸੀਂ ਕੀਤੀ ਹੈ ਡਿਪਾਰਟਮੈਂਟ ਆਫ ਜਸਟਿਸ ਨੂੰ ਅਸੀਂ ਇਹਦੇ ਖਿਲਾਫ ਐਵੀਡੈਂਸ ਤੇ ਕੇਸਸ ਦੇ ਡਿਟੇਲ ਦਿੰਦੀ ਹੈ ਉਹਨਾਂ ਦੇ ਵਿੱਚ ਦੋ ਮੇਨ ਕੇਸ ਸੀਗੇ ਜਿਹੜਾ ਕਿ ਉਹਨਾਂ ਨੇ ਐਡਮਿਟ ਕੀਤਾ ਜਿਹਨੇ ਵਿਰਖ ਸਾਹਿਬ ਨੇ ਤੁਹਾਨੂੰ ਦੱਸਿਆ ਜਿਹੜੀ ਟ੍ਰੀਟੀ ਹੈਗੀ ਆ ਹਾਂਗਕਾਂਗ ਦੇ ਨਾਲ ਉਹ ਉਹ ਜਿਹੜੀ ਹੈਗੀ ਆ ਉਹਦੇ ਵਿੱਚ ਇਹ ਡਿਟੇਲ ਮੈਂਸ਼ਨਡ ਹੈ ਕਿ ਤੁਸੀਂ ਜਿਹੜੇ ਅ ਅਫੈਂਸਸ ਨੇ ਕਿਹੜੇ ਕਿਹੜੇ ਅਫੈਂਸਸ ਦੇ ਵਿੱਚ ਇਹਨਾਂ ਦਾ ਟ੍ਰਾਇਲ ਹੋ ਸਕਦਾ ਹੈ ਤੇ ਕਿਹੜੇ ਕਿਹੜੇ ਅਫੈਂਸਸ ਦੇ ਵਿੱਚ ਇਹਨਾਂ ਨੂੰ ਅਸੀਂ ਇਹਨਾਂ ਦਾ ਟ੍ਰਾਇਲ ਕਰ ਸਕਦੇ ਹਾਂ ਉਹਦੇ ਮੁਤਾਬਕ ਜਿਹੜੀ ਹੈਗੀ ਹੈ ਅਗੇ ਪ੍ਰੋਸੀਜਰ ਫਾਲੋ ਕੀਤਾ ਜਾਣਾ ਤਾਂ ਰੋਮੀ ਨੂੰ ਇਸ ਵੇਲੇ ਹਾਂਗਕਾਂਗ ਤੋਂ ਪੰਜਾਬ ਪੁਲਿਸ ਲੈ ਕੇ ਆਈ ਹੈ ਤਾਂ ਕਿਹਾ ਜਾਂਦਾ ਹੈ ਕਿ ਜੇ ਪੰਜਾਬ ਪੁਲਿਸ ਜਾਵੇ ਤਾਂ ਪਤਾਲ ਚੋਂ ਵੀ ਗੈਂਗਸਟਰ ਜਾਂ ਟੈਰਰਿਸਟ ਨੂੰ ਲੈ ਕੇ ਆ ਸਕਦੀ ਹੈ ਜੇ ਇੱਛਾ ਹੋਵੇ ਔਰ স্টিਵ ਨੇ ਕਰ ਦਿਖਾਇਆ ਤਿੰਨ ਸਰਕਾਰਾਂ ਬਦਲੀਆਂ ਅਕਾਲੀ ਦਲ ਦੀ ਸਰਕਾਰ ਵਲੇ ਇਹ ਨਾਬਾ ਜੇਲ ਬ੍ਰੇਕ ਹੋਇਆ ਸੀ ਫਿਰ ਕੈਪਟਨ ਸਰਕਾਰ ਆਈ ਔਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਤਾਂ ਤੀਸਰੀ ਸਰਕਾਰ ਚ ਇਹ ਕਹਿੰਦੇ ਕਿ ਕਿਤੇ ਵੀ ਰਠੀ ਕਿਤੇ ਵੀ ਵੱਖ-ਵੱਖ ਥਾਵਾਂ ਦੇ ਉੱਤੇ ਤਨਾਲ ਸੀਗੇ ਵੱਖ-ਵੱਖ ਪੋਜੀਸ਼ਨ ਤੇ ਤਨਾਲ ਸੀਗੇ ਲੇਕਿਨ ਪੰਜਾਬ ਪੁਲਿਸ ਨੇ ਇਸ ਨੂੰ ਨੱਕ ਦਾ ਸਵਾਲ ਬਣਾ ਲਿਆ ਨੱਕ ਦਾ ਸਵਾਲ ਬਣਾ ਲਿਆ ਸੀਗਾ ਜਿੱਦਾਂ ਸਰਨੇ ਵੀ ਦੱਸਿਆ ਔਰ ਪੂਰੀ ਟੀਮ ਨੇ ਇਹ ਪੂਰਾ ਟੀਮ ਐਫਰਟ ਹੈ ਦਾ ਉਹ ਬਹੁਤ ਟੈਕਨੀਕਲੀ ਸਰਨੇ ਦੱਸਿਆ ਕਿ ਕਿਸ ਤਰ੍ਹਾਂ ਕਿਉਂਕਿ ਜੇਲ ਬ੍ਰੇਕ ਇੱਕ ਵੱਡੀ ਗੱਲ ਸੀ ਕਿ ਕਿ 16 ਬੰਦੇ ਜੇਲ ਦੇ ਅੰਦਰ ਵੜ ਜਾਂਦੇ ਆ ਔਰ ਉਹਨਾਂ ਨੂੰ ਜਿਹੜੇ ਵੀ ਗੈਂਗਸਟਰ ਸੀਗੇ ਵਿੱਕੀ ਗੌਂਡਰ ਵਰਗੇ ਸੇਖੋ ਵਰਗੇ ਜਾਂ ਟੈਰਿਸਟ ਡੇੜੀ ਆਗੇ ਉਹਨਾਂ ਨੂੰ ਉੱਥੋਂ ਲੈ ਕੇ ਜਾਂਦੇ ਨੇ ਲੇਕਿਨ ਇੱਕ ਲੜਾਈ ਕਹਿ ਸਕਦੀਆਂ ਸੀ ਕਿ 6 ਸਾਲ ਦੀ 2018 ਤੋਂ ਲੈ ਕੇ ਹੁਣ ਤੱਕ ਦੀ ਅਸੀਂ ਗੱਲ ਕਰ ਲਈਏ ਬਹੁਤ ਲੰਬੀ ਤੇ ਲੀਗਲੀ ਔਰ ਉਹ ਵੀ ਦੂਜੇ ਅਦੇਸ਼ ਚ ਜਾ ਕੇ ਤਾਂ ਕਹਿ ਸਕਦੇ ਇੱਕ ਬਹੁਤ ਵੱਡੀ ਅਚੀਵਮੈਂਟ ਜਿਹੜੀ ਹੈ ਪੰਜਾਬ ਪੁਲਿਸ ਨੂੰ ਐਂਟੀ ਗੈਂਗਸਟਰ ਟਾਸ ਫੋਰਸ ਨੂੰ ਮਿਲੀ ਹੈ ਠੀਕ ਹੈ ਤਾਂ ਨਿਊਜ਼ 18 ਤੇ ਖਬਰਾਂ ਦਾ سلسلہ جاری ਹੈ ਫਿਲਹਾਲ ਮੈਨੂੰ ਤੇ ਮੇਰੇ ਸਾਥੀ ਮਨੋਜ ਨੂੰ ਦਿਓ ਇਜਾਜ਼ਤ ਧੰਨਵਾਦ